प्राइम एशिया टैलीविजन वेख रहे समुचे दर्शकों दविंदर सिंह बैनीपाल वालों प्यार अते सत्कार सहित सत श्री अकाल। प्राइम टाइम विद बैनीपाल विच तुहाडा सभना का हार्दिक स्वागत है। दोस्तों अज सब तो अहम अते भखदे मामले ते असी गलबात करांगे। हर कोई चाहुंदा है कि कैनेडा वर्गे चंगे मुल्क विच आया जावे जां अपने दोस्तां मित्रां रिश्तेदारां नूं बुलाया जावे जां खुद बखुद आया जावे, पर उह आया किवें जावे इस दी बेहतर जानकारी तुहानू देण दे वास्ते असी अज उचेचे तौर पर अक्रॉस बॉर्डर वीज़ा वालों सद्दा दिता सी। उन्हां विच्चों अविनाश कौर अते पुष्पिंदर सिंह विरिक अज दोवें साडे मेहमान रहणगे। बहुत सारियां गल्लां बातां कैनेडियन इमीग्रेशन दे मुतालक असी सांझियां करांगे। आप सब तो पहलां इन्हां दा स्वागत करिए। अविनाश कौर जी अते पुष्पिंदर सिंह विरिक जी, जी सत श्रीकाल जी। वेलकम जी, सत श्रीकाल जी सारे दर्शकों। अविनाश जी, सब तो पहलां मैनूं इह दस्सो, पिछला प्रोग्राम भी आपां कीता, मैनू बहुत सारे इंटरनेशनल जिहड़े आर्टिस्ट ने खिडारी ने उन्हां वल्लों बहुत वधिया फीडबैक मिली, तुहाडे तक उस प्रोग्राम की फीडबैक किवें आई जी? साडे नाल बहुत वधिया फीडबैक आई है। साडे कोल दो सिंगरस, एक बॉक्सर और एक अद्धा हॉकी प्लेयर, उन्हां दे रजिस्ट्रेशन होए हैं जिहड़े इंट्रस्टिड हैगे है कि इस उस प्रोग्राम दे विच अगे उन्हां नू असीं पी आर लई हैल्प करिए जी। ਵਿਰਕ ਸਾਹਿਬ, ਮੈਨੂੰ ਪਤਾ ਤੁਹਾਡਾ ਲੰਬਾ ਤਜ਼ਰਬਾ ਹੈ, ਬਹੁਤ ਸਾਰੇ ਲੋਕ ਤੁਸੀਂ ਦੁਨੀਆ ਦੇ ਵੱਖੋ ਵੱਖ ਕੋਨਿਆਂ ਵਿੱਚ ਪਹੁੰਚਾਏ ਹੈ। ਸੋ ਇਹ ਫੀਲਡ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸਾਲਾਂ ਬੱਧੀ ਦਸ ਦਸ ਪੰਦਰਾਂ ਪੰਦਰਾਂ ਸਾਲ ਹੋ ਗਏ ਕੰਮ ਕਰ ਰਿਹਾ, ਪਰ ਉਹਨੂੰ ਪਤਾ ਹੀ ਨਹੀਂ ਕੋਈ ਰਾਹ ਦਸੇਰਾ ਨਹੀਂ ਇਸ ਕੈਟਾਗਰੀ 'ਤੇ, ਲੋਕ ਗੱਲ ਵੀ ਘੱਟ ਕਰਦੇ। ਬਿਲਕੁਲ ਠੀਕ ਹੈ ਜੀ, ਤੁਹਾਡੀ ਗੱਲ ਠੀਕ ਹੈ, ਕਿਉਂਕਿ ਇਸ ਕੈਟਾਗਰੀ ਨੂੰ ਕਿਸੇ ਨੇ ਇੰਨਾ ਜ਼ਿਆਦਾ ਹਾਈਲਾਈਟ ਨਹੀਂ ਕੀਤਾ ਜੀ। ਈਵਨ ਗੌਰਮੈਂਟ ਲੈਵਲ 'ਤੇ ਵੀ ਇੱਕ ਜਦੋਂ ਇਨਫੋਰਮੇਸ਼ਨ ਹੀ ਆ, ਲੇਕਿਨ ਉਹ ਇਨਫੋਰਮੇਸ਼ਨ ਨੂੰ ਜੇ ਅਸੀਂ ਬਰੀਕੀ ਨਾਲ ਥੋੜ੍ਹਾ ਪਕੜ ਲੈਂਦੇ ਹਾਂ ਤਾਂ ਮੈਂ ਸਮਝਦਾ ਹਾਂ ਕਿ ਬਹੁਤ ਜਿਹੜੇ ਟੈਲੈਂਟਡ ਬੰਦੇ ਆ ਹਰ ਇੱਕ ਫੀਲਡ ਦੇ ਵਿੱਚ ਸਾਡੇ ਇੰਡੀਆ 'ਚ ਬੈਠੇ ਹੋਏ ਆ, ਉਹਨਾਂ ਨੂੰ ਬੜਾ ਵਧੀਆ ਇੱਕ ਐਜ ਮਿਲ ਸਕਦਾ ਵਾ ਕੈਨੇਡਾ ਵਿੱਚ ਆਪਣੀ ਮਾਈਗ੍ਰੇਸ਼ਨ ਵਾਸਤੇ ਅਪਲਾਈ ਕਰਨ ਦਾ। ਔਰ ਇਹ ਇੱਕ ਬਿਹਤਰ ਓਪਰਚੁਨਿਟੀ ਆ ਸਾਰਿਆਂ ਵਾਸਤੇ ਜਿਹੜੇ ਵੀ ਕੋਈ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਕਿਸੇ ਚੀਜ਼ 'ਚ ਮਾਣ ਪ੍ਰਾਪਤ ਕਰ ਚੁੱਕੇ ਨੇ, ਉਹ ਇਸ ਚੀਜ਼ ਨੂੰ ਲੈ ਕੇ ਆਪਣੇ ਕੈਰੀਅਰ ਨੂੰ ਅੱਗੇ ਬੱਚਿਆਂ ਦੇ ਵਾਸਤੇ ਫੈਮਿਲੀ ਵਾਸਤੇ ਬਹੁਤ ਵਧੀਆ ਇੱਕ ਵਿਧਾਨ ਪ੍ਰਾਪਤ ਕਰ ਸਕਦੇ ਆ ਜੀ ਕੈਨੇਡਾ ਐਂਟਰ ਕਰਨ ਦਾ ਇਮੀਗ੍ਰੇਸ਼ਨ ਦੇ ਬੇਸ 'ਤੇ। ਅੱਛਾ, ਸਮੇਂ ਸਮੇਂ 'ਤੇ ਬਹੁਤ ਸਾਰੇ ਲੋਕ ਨੇ ਉਹਨਾਂ ਕੋਲ ਪੈਸਾ ਬੜਾ ਕਮਾ ਲਿਆ ਉਹਨਾਂ ਨੇ, ਉਹ ਚਾਹੁੰਦੇ ਨੇ ਕਿ ਸਾਡੀ ਜਿਹੜੀ ਇਨਵੈਸਟਮੈਂਟ ਆ ਸਿਕਿਓਰ ਹੋਵੇ, ਸਾਡੀ ਲਾਈਫ ਸਿਕਿਓਰ ਹੋਵੇ, ਬੱਚਿਆਂ ਦਾ ਫਿਊਚਰ ਸਿਕਿਓਰ ਹੋਵੇ। ਉਹ ਕੈਨੇਡਾ ਵਰਗੇ ਮੁਲਕ 'ਚ ਬਹੁਤ ਸਾਰੇ ਲੋਕ ਇਨਵੈਸਟ ਕਰਨਾ ਚਾਹੁੰਦੇ ਨੇ, ਭਾਵ ਇਨਵੈਸਟਰ ਕਲਾਸ 'ਚ ਆਉਣਾ ਚਾਹੁੰਦੇ ਆ। ਮੈਨੂੰ ਦੱਸੋ ਕਿ ਕਿੰਨਾ ਕੁ ਚੰਗਾ ਜਾਂ ਫਾਇਦੇ ਵਾਲਾ ਕੰਮ ਹੈ ਜੀ ਕੋਈ ਇਸ ਤਰ੍ਹਾਂ ਦੀ ਕਲਾਸ? ਬਹੁਤ ਵਧੀਆ ਹੈ ਜੀ, ਇੱਥੇ ਤਕਰੀਬਨ ਜਿੰਨੀਆਂ ਵੀ ਪ੍ਰੋਵਿੰਸਿਸ ਹੈਗੀਆਂ ਕੈਨੇਡਾ ਦੀਆਂ, ਉਹਨਾਂ ਦਾ ਆਪਣਾ ਇੱਕ ਇਨਵੈਸਟਰ ਪ੍ਰੋਗਰਾਮ ਹੈਗਾ, ਔਰ ਮਿਨੀਮਮ $1,00,000, $1.5 lakh, $2 lakh 'ਚ ਤੁਸੀਂ ਇਨਵੈਸਟ ਕਰਕੇ ਤੁਸੀਂ ਕੈਨੇਡਾ ਦੀ ਪੀ ਆਰ ਲਾ ਸਕਦੇ ਹੋ। ਤੁਹਾਨੂੰ ਰਿਟਰਨਸ ਵੀ ਆਉਂਦੇ ਆ, ਇੱਕ ਚੰਗੀ ਪ੍ਰੋਵਿੰਸ 'ਚ ਇੱਕ ਤੁਹਾਡੀ ਸੈਟਲਮੈਂਟ ਹੁੰਦੀ ਹੈ। ਸੋ ਬਹੁਤ ਵਧੀਆ ਪ੍ਰੋਗਰਾਮ ਹੈ, ਜਿਨ੍ਹਾਂ ਦੇ ਕੋਲ ਪੈਸਾ ਤਾਂ ਬਹੁਤ ਹੈਗਾ ਮਗਰ ਅੱਗੇ ਕੁਛ ਨਜ਼ਰ ਨਹੀਂ ਆਉਂਦਾ ਕਿ ਇਹਨੂੰ ਕਿੱਥੇ ਇੱਕ ਪਾਏਦਾਰ ਜਗ੍ਹਾ 'ਚ ਲਾਇਆ ਜਾਵੇ ਜਿਹਦੇ ਨਾਲ ਉਹਨਾਂ ਨੂੰ ਵਧੀਆ ਪ੍ਰੋਫਿਟ ਔਰ ਫੈਮਿਲੀ ਨੂੰ ਵੀ ਗਰੋਥ ਮਿਲੇ। ਵਿਰਕ ਸਾਹਿਬ, ਆਪਾਂ ਚਾਹੁੰਦੇ ਹਾਂ ਕਿ ਹੁਣ ਇਹਦੀ ਬਹੁਤ ਸਾਰੇ ਪ੍ਰੋਵਿੰਸਿਸ ਦੀ ਆਪੋ ਆਪਣੇ ਪ੍ਰੋਗਰਾਮ ਹੋਣੇ ਨੇ, ਬੀਸੀ ਤੋਂ ਸ਼ੁਰੂ ਕਰ ਲਈਏ ਜੀ? ਬਿਲਕੁਲ, ਅਵਿਨਾਸ਼ ਜੀ ਬੀਸੀ ਤੋਂ ਸ਼ੁਰੂ ਕਰ ਲਈਏ, ਕਿਉਂਕਿ ਆਪਾਂ ਵੈਨਕੂਵਰ ਦੇ ਵਿੱਚ ਬੈਠੇ ਗੱਲਬਾਤ ਕਰ ਰਹੇ ਹਾਂ। ਫਿਰ ਅਵਿਨਾਸ਼ ਜੀ, ਆਪਾਂ ਬੀਸੀ ਤੋਂ ਸ਼ੁਰੂ ਕਰੀਏ, ਜੇਕਰ ਇਨਵੈਸਟਰ ਦੇ ਤੌਰ 'ਤੇ ਕਿਸੇ ਨੇ ਬੀਸੀ ਵਿੱਚ ਆਉਣਾ ਚਾਹੁੰਦਾ ਅਤੇ ਉਹ ਕੀ ਕਰੇ? ਉਹਦੇ 'ਚ ਬਹੁਤ ਵਧੀਆ ਪ੍ਰੋਗਰਾਮ ਹੈ, ਸਿੰਪਲ ਹੈ, ਆਈਲਸ ਦੀ ਜ਼ਰੂਰ ਰਿਕੁਆਇਰਮੈਂਟ ਹੈ ਮਗਰ ਸਿਰਫ 4 ਬੈਂਡ ਚਾਹੀਦੇ ਹੈਗੇ, 4 ਬੈਂਡ CLB ਲੈਵਲ 4 ਚਾਹੀਦਾ ਹੈਗਾ ਔਰ ਬਹੁਤੇ ਬੈਂਡਸ ਨਹੀਂ ਹੈਗੇ ਆ। 1 ਸਾਲ ਦਾ ਤੁਹਾਡੇ ਕੋਲ ਪੋਸਟ ਕੈਂਟਰੀ ਡਿਪਲੋਮਾ ਹੋਣਾ ਚਾਹੀਦਾ, ਜ਼ਰੂਰੀ ਹੋਣਾ ਚਾਹੀਦਾ, ਐਂਡ $3 lakh ਸ਼ੋ ਕਰਨੇ ਆ, $3 lakh ਤੁਸੀਂ ਸ਼ੋ ਕਰਨੇ ਆ ਜਿਹੜੇ ਅਪਰੋਕਸੀਮੇਟਲੀ ਇੰਡੀਅਨ ਰੁਪੀਸ 'ਚ 1.5 crore ਰੁਪਇਆ ਹੋ ਜਾਂਦਾ। ਦੱਸੋ ਸ਼ੋ ਕਰਨ ਦਾ ਅਤੇ ਇਨਵੈਸਟ ਕਰਨ ਦਾ ਇਹ ਵੱਖੋ ਵੱਖਰੇ, ਜੇ ਤੁਸੀਂ ਮਤਲਬ $3 crore ਸ਼ੋ ਕਰ ਦਿੱਤਾ ਅਤੇ ਇਨਵੈਸਟ ਕਿੰਨਾ ਕਰਨਾ ਜੀ? ਅਤੇ ਇਹ $3 lakh ਸ਼ੋ ਕਰਨਾ ਅਤੇ ਇਨਵੈਸਟ $1 lakh ਆ ਸਿਰਫ, ਇਹ ਮਿਨੀਮਮ ਰਿਕੁਆਇਰਮੈਂਟ ਹੈ। ਬਾਕੀ ਤੁਸੀਂ ਕਿਹੜਾ ਪ੍ਰੋਜੈਕਟ ਕਿਹੜੇ ਪਲਾਨ 'ਤੇ ਕਿੱਦਾਂ ਲੈਂਦੇ ਉਹ 'ਤੇ ਡਿਪੈਂਡ ਕਰਦਾ, ਬਟ ਇੰਨੀ ਕੁ ਗਵਰਨਮੈਂਟ ਦੀ ਮਿਨੀਮਮ ਰਿਕੁਆਇਰਮੈਂਟ ਹੈ ਕਿ ਜਿਹੜੀ ਤੁਹਾਨੂੰ $1 lakh ਜ਼ਰੂਰੀ ਇਨਵੈਸਟ ਕਰਨਾ ਪਏਗਾ। ਉਹ ਵਿਰਕ ਸਾਹਿਬ ਜਿਸ ਤਰ੍ਹਾਂ ਦੱਸ ਰਹੇ ਨੇ ਕਿ $3 lakh ਸ਼ੋਅ ਕਰਨਾ, $1 lakh ਤੁਸੀਂ ਇਨਵੈਸਟ ਕਰਨਾ ਮਿਨੀਮਮ ਜੀ ਜੀ, ਇਹ ਕਿੰਨੇ ਕੁ ਹੈ ਪਤਾ ਜੀ, ਕਿੰਨੀਆਂ ਕਥਾਵਾਂ ਨੇ ਜੇ ਜਿੱਥੇ ਕਰ ਸਕਦੇ ਆ, ਜੇ ਸਾਰ ਹਰ ਥਾਂ 'ਤੇ ਹੋ ਸਕਦਾ?
ਨਹੀਂ, ਇਹਨਾਂ ਨੇ ਜਿਹੜਾ ਬੀ ਸੀ ਨੇ ਬ੍ਰਿਟਿਸ਼ ਕੋਲੰਬੀਆ ਨੇ ਇੱਕ ਡਿਫਰੈਂਟ ਪ੍ਰੋਵਿੰਸ ਦੇ ਵਿੱਚ ਜਿਹੜੇ ਛੋਟੇ ਛੋਟੇ ਕਮਿਊਨਿਟੀਜ਼ ਆ, 8-8, 10-10 ਹਜ਼ਾਰ ਪਾਪੂਲੇਸ਼ਨ ਵਾਲੀ ਆ ਜਾਂ ਉਸ ਤੋਂ ਵੱਧ ਵੀ ਜਿਹੜੀ ਹੈਗੀ, ਬਿਲਕੁਲ ਬਿਲਕੁਲ, ਉਹਨਾਂ ਨੂੰ ਇਹਨਾਂ ਨੇ ਆਇਡੈਂਟੀਫਾਈ ਕੀਤਾ ਵਾ। ਉਹਦੇ ਵਿੱਚ ਫਿਰ ਇਹਨਾਂ ਨੇ ਇੱਕ ਪੈਰਾਮੀਟਰ ਅਵੈਲੂਏਟ ਕੀਤਾ ਵਾ ਕਿ ਕਿਹੜੇ ਕਿਹੜੇ ਬੰਦੇ ਜਿਹੜੀ ਉਹ ਚੀਜ਼ਾਂ ਨੂੰ ਡਿਫਾਈਨ ਕਰ ਸਕਦੇ ਆ, ਕਿ ਜੇ ਪ੍ਰੋਵਿੰਸ ਦੀ 10 ਹਜ਼ਾਰ ਆਬਾਦੀ ਆ ਉਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਜ਼ਿੰਮੇਵਾਰ ਬੰਦਾ ਵਾ ਉਹਨੂੰ ਇੱਕ ਪੈਨਲ 'ਚ ਲੈ ਲਿਆ ਵਾ, ਜਿਹੜੇ ਹੋਰ ਬਹੁਤ ਵਾਰ ਬੰਦੇ ਉਹਨੂੰ ਪੈਨਲ 'ਚ ਲੈ ਲਿਆ, ਜਿਹੜੇ ਡਿਸਾਈਡ ਕਰਦੇ ਆ ਕਿ ਇੱਥੇ ਸਾਨੂੰ ਕਿਸ ਚੀਜ਼ ਦੀ ਲੋੜ ਹੈ ਜੀ। ਉਹਨੂੰ ਫਿਰ ਅਸੀਂ ਜਾ ਕੇ ਉਹਨਾਂ ਨਾਲ ਮੀਟਿੰਗ ਕਰਦੇ ਹਾਂ ਜੀ। ਮੀਟਿੰਗ ਤੋਂ ਬਾਅਦ ਅਸੀਂ ਅਵੈਲੂਏਟ ਕਰਦੇ ਹਾਂ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਰਿਕੁਆਇਰਮੈਂਟ ਆ ਇੱਥੇ, ਉਹਦੇ ਮੁਤਾਬਕ ਅਸੀਂ ਫਿਰ ਆਪਣੇ ਕਲਾਇੰਟ ਨੂੰ ਅਪਡੇਟ ਕਰਕੇ ਉਹਦੇ ਮੁਤਾਬਕ ਉਹਦੀਆਂ ਰਿਕੁਆਇਰਮੈਂਟ ਦੇਖਦੇ ਹਾਂ ਕਿ ਕਿਹੜਾ ਕਲਾਇੰਟ ਸਾਡਾ ਪੂਰੀਆਂ ਕਰ ਸਕਦਾ, ਕਿਹੜਾ ਕਲਾਇੰਟ ਕਿੱਥੇ ਫਿੱਟ ਹੋ ਸਕਦਾ, ਕਿੱਥੇ ਫਿੱਟ ਹੋ ਸਕਦਾ ਜੀ। ਹਰ ਪ੍ਰੋਵਿੰਸ ਦੀ ਜਿਵੇਂ ਕੁਝ ਰਿਕੁਆਇਰਮੈਂਟਸ ਹੈਗੀਆਂ ਨੇ, ਕਿੱਥੇ ਫਾਰਮਿੰਗ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ, ਕਿੱਥੇ ਰਿਟੇਲ ਬਿਜ਼ਨਸ ਨੂੰ, ਕਿੱਥੇ ਹਸਪਿਟੈਲਿਟੀ ਇੰਡਸਟਰੀ। ਆਪਾਂ ਗੱਲ ਕਰ ਰਹੇ ਬੀਸੀ ਦੀ, ਬੀਸੀ ਇਨਵੈਸਟਰ ਪ੍ਰੋਗਰਾਮ ਦੇ ਉੱਤੇ ਆਪਾਂ ਇਸ ਵਕਤ ਫੋਕਸ ਕਰ ਰਹੇ ਹਾਂ, ਜਿੱਥੇ ਦੱਸ ਰਿਹਾ ਕਿ ਤੁਸੀਂ ਵੀ ਕਿ 75,000 ਤੋਂ ਘੱਟ ਆਬਾਦੀ ਵਾਲੇ ਕੁਝ ਪਿੰਡ ਕਹਿ ਲਓ ਜਾਂ ਛੋਟੇ ਟਾਊਨ ਕਹਿ ਲਓ ਜਿੱਥੇ ਆ ਸਕਦੇ ਆ। ਅੱਛਾ, ਉਸ ਬੰਦੇ ਨੇ ਜਿਹੜੇ ਨੇ ਅਪਲਾਈ ਕਰਨਾ ਹੈ ਇਸ ਪ੍ਰੋਗਰਾਮ ਦੇ ਵਿੱਚ, ਉਹਦੇ ਕੋਲ 1.5 ਕਰੋੜ ਵੀ ਹੈਗਾ, ਉਹ ਲੱਖ ਤੋਂ ਵੱਧ 1.5 ਲੱਖ, 2 ਲੱਖ ਡਾਲਰ ਇਨਵੈਸਟ ਕਰਨ ਨੂੰ ਵੀ ਤਿਆਰ ਹੈ, ਕੀ ਜਿਹੜੇ ਪ੍ਰੋਗਰਾਮ 'ਚ ਉਹ ਅਪਲਾਈ ਕਰ ਰਿਹਾ ਕਿ ਉਹਦੇ ਵਿੱਚ ਹੀ ਉਹਦਾ ਐਕਸਪੀਰੀਅੰਸ ਹੋਣਾ ਚਾਹੀਦਾ ਜੀ? ਜੀ ਬਿਲਕੁਲ, ਉਹਦੇ ਲਈ ਮੇਨ ਐਕਸਪੀਰੀਅੰਸ ਉਸ ਫੀਲਡ 'ਚ ਘੱਟੋ ਘੱਟ 3 ਸਾਲ ਦਾ, ਪਿਛਲੇ 5 ਸਾਲਾਂ 'ਚ ਜ਼ਰੂਰ ਹੋਣਾ ਚਾਹੀਦਾ, ਚਾਹੇ ਐਜ਼ ਅ ਓਨਰ ਹੋਵੇ, ਚਾਹੇ ਐਜ਼ ਅ ਮੈਨੇਜਰ ਹਾਇਰ ਫੋਰਸ 'ਤੇ ਹੋਵੇ, ਬਟ ਉਸ ਬੇਸ ਲਾਈਨ 'ਚ ਜ਼ਰੂਰ ਹੋਣਾ ਚਾਹੀਦਾ। ਇਹ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਐਕਸਪੀਰੀਅੰਸ ਹੋਣਾ ਚਾਹੀਦਾ 3 ਸਾਲ ਦਾ, 5 ਸਾਲਾਂ 'ਚ ਉਹ ਕੰਟੀਨਿਊਟੀ ਹੋਵੇ ਉਹਦੇ 'ਚ ਜਾਂ ਟੁੱਟਵਾਂ ਵੀ ਹੋਵੇ? ਤੁਸੀਂ ਉਹ ਡਿਪੈਂਡ ਕਰਦਾ ਕਿ ਕਿਸ ਟਾਈਪ ਦਾ, ਜੇ ਮੈਨੇਜਰ ਲੈਗਾ ਕਿ 1.5 ਸਾਲ ਦਾ ਮੈਨੇਜਰ ਦਾ ਹੋ ਜਾਏ ਇੱਕ ਹਾਈ ਫੋਰਸ 'ਤੇ, 1.5 ਸਾਲ ਦਾ ਆਪਣਾ ਓਨ ਬਿਜ਼ਨਸ ਦਾ ਹੋ ਜਾਏ ਤਾਂ ਵੀ ਕੰਟੀਨਿਊ ਚੱਲ ਜਾਏਗਾ। ਬਿਲਕੁਲ, ਤੁਸੀਂ ਐਡ ਕਰਨਾ ਚਾਹੁੰਦੇ ਸੀ? ਨਹੀਂ, ਬਸ ਇਹੀ ਆ ਜੀ ਕਿ ਮੇਨ ਜਿਹੜੀ ਚੀਜ਼ ਇਸ ਵਿੱਚ ਦੇਖਣ ਵਾਲੀ ਇਹੀ ਆ ਕਿ 5 ਸਾਲ ਦੇ ਵਿੱਚ 3 ਸਾਲ ਦਾ ਕਿਸੇ ਵੀ ਲੈਵਲ ਦਾ ਉਹਦਾ ਐਕਸਪੀਰੀਅੰਸ ਹੋਵੇ, ਸੀਨੀਅਰ ਮੈਨੇਜਰ ਲੈਵਲ ਦਾ, ਮੈਨੇਜਰ ਲੈਵਲ ਦਾ ਜਾਂ ਐਜ਼ ਏ ਬਿਜ਼ਨਸ ਓਨਰ ਦਾ ਜੀ, ਉਹ ਕੁਛ ਵੀ ਉਹਦੇ ਵਿੱਚ ਉਹ ਕਰ ਲੈਂਦਾ ਵਾ ਅਤੇ ਦੈਟ ਇਜ਼ ਇਨਫ, ਉਹਦੇ ਮੁਤਾਬਕ ਉਹਦੇ ਅਸੀਂ ਉਹਨੂੰ ਅਵੈਲੂਏਟ ਕਰ ਸਕਦੇ ਹਾਂ ਕਿ ਅਸੀਂ ਉਹਨੂੰ ਅੱਗੇ ਲੈ ਕੇ ਚੱਲ ਸਕਦੇ। ਹੁਣ ਫਟਾਸ਼ ਇਹ ਦੱਸੋ, ਮੰਨ ਲਓ ਵੀ ਕਿਸੇ ਬੰਦੇ ਕੋਲ 3 ਲੱਖ ਡਾਲਰ ਤਾਂ ਹੈਗੇ, ਕਈ ਵਾਰ ਲੋਕ ਇਹ ਕੁਐਸਚਨ ਕਰਦੇ ਆ ਕਿ ਉਹ ਸਾਡੇ ਅਕਾਊਂਟ ਦੇ ਵਿੱਚ ਪੈਸੇ ਪਏ ਹੋਣੇ ਚਾਹੀਦੇ ਨੇ ਜਾਂ ਸਾਡੀ ਉਹ ਪ੍ਰੋਪਰਟੀ ਵੀ ਹੋ ਸਕਦੀ? ਹਾਂਜੀ, ਉਹ ਤੁਹਾਡੀ ਪ੍ਰੋਪਰਟੀ, ਉਹ ਟੋਟਲ ਨੈਟਵਰਥ ਹੈ ਜਿਹਦੇ 'ਚ ਪ੍ਰੋਪਰਟੀ ਪਲੱਸ ਲਿਕੁਇਡ ਐਸੈਟਸ ਹੋਣੇ ਚਾਹੀਦੇ ਆ। ਟੋਟਲ ਨੈਟਵਰਥ ਜਿਹੜੀ ਹੈ ਘੱਟੋ ਘੱਟ 3 ਲੱਖ ਡਾਲਰ ਹੋਣੀ ਚਾਹੀਦੀ ਹੈ ਜੀ। ਅੱਛਾ, ਇਹ ਦੱਸੋ ਹੁਣ ਮੰਨ ਲਓ ਵੀ ਮੇਰੇ ਕੋਲ ਜੀ, ਮੇਰੇ ਕੋਲ 2 ਕਰੋੜ ਦੀ ਪ੍ਰੋਪਰਟੀ ਹੈ, 4 ਕਰੋੜ ਦੀ ਮੇਰੇ ਕੋਲ ਲਿਕੁਇਡ ਹੈਗਾ ਸਾਰਾ ਕੁਛ, ਇਹ ਕਿੰਨਾ ਕੁ ਪੁਰਾਣਾ? ਇਹ ਤਾਂ ਨਹੀਂ ਹੈਗਾ ਕਿ ਹੁਣ ਮੈਂ ਜੀ ਕਿਸੇ ਤੋਂ ਫੜ ਤੜ ਕੇ ਜੀ ਰੱਖ ਲਿਆ, ਇਸ ਤਰ੍ਹਾਂ ਦੀ ਕੋਈ ਰਿਕੁਆਇਰਮੈਂਟ ਹੈ ਕਿ ਇਹ 5 ਸਾਲ ਦਾ ਪਿਆ ਹੋਵੇ, 2 ਸਾਲ ਦਾ ਪਿਆ ਹੋਵੇ, 6 ਮਹੀਨੇ ਦਾ ਬੈਂਕ ਦੇ ਵਿੱਚ ਪੈਸਾ? ਦੇਖੋ, ਜਿਹੜਾ ਉਹਨਾਂ ਨੂੰ ਇੱਕ ਰੀਜ਼ਨੇਬਲ ਗਰਾਊਂਡਸ ਚਾਹੀਦੇ ਹੁੰਦੇ ਆ ਕਿ ਇਹ ਪੈਸਾ ਕਿੱਥੋਂ ਆਇਆ। ਹੁਣ ਇੰਨਾ ਅਮਾਊਂਟ ਹੈ ਆਪਣੇ ਇੰਡੀਅਨ ਬੈਂਕਿੰਗ ਸਿਸਟਮ 'ਚ ਵੀ ਪੁੱਛਦੇ ਆ ਕਿ ਜੇ ਤੁਸੀਂ ਇਹ ਤੋਂ 50,000 ਤੋਂ ਵੱਧ ਜਮ੍ਹਾਂ ਕਰਾ ਰਹੇ ਹੋ ਤਾਂ ਕਿੱਥੋਂ ਆ ਰਿਹਾ। ਸੋ ਉਹੀ ਚੀਜ਼ ਹੈ ਕਿ ਜੇ ਤੁਸੀਂ ਫੜ ਤੜ ਕੇ ਕਰ ਰਹੇ ਹੋ ਤੁਹਾਨੂੰ ਉਹ ਬੇਸ ਹੈਗਾ ਹੀ ਨਹੀਂ ਹੈ, ਫਿਰ ਉਹ ਕਾਊਂਟ ਫੋਰ ਨਹੀਂ ਹੋਏਗਾ। ਹਾਂ, ਕੋਈ ਪੁਰਾਣੇ ਦੀ ਲੋੜ ਨਹੀਂ ਹੈ, ਬਟ ਕਈ ਵਾਰੀ ਕਈਆਂ ਦੀ ਹੁੰਦੀ ਕਿ ਪ੍ਰੋਪਰਟੀ ਸੇਲ ਕੀਤੀ ਹੈ, ਕੋਈ ਲੈਂਡ ਸੇਲ ਕੀਤੀ, ਉਹਦਾ ਅਮਾਊਂਟ ਉੱਥੇ ਆਉਂਦਾ, ਉਹ ਕੰਸਿਡਰੇਬਲ ਹੁੰਦਾ ਵਿਦ ਐਵੀਡੈਂਸ ਜੀ, ਅਸੀਂ ਸ਼ੋਅ ਕਰ ਦਿੰਦੇ ਹਾਂ ਕਿ ਕਿੱਥੋਂ ਮਨੀ ਆਈ ਆ। ਅੱਛਾ, ਇਹ ਪਹਿਲਾਂ ਪਹਿਲ ਤਾਂ ਸਟੂਡੈਂਟ ਵੀਜ਼ੇ ਵੇਲੇ ਵੀ ਇਹ ਸੁਣਦੇ ਹੁੰਦੇ ਸੀ ਮੇਰਾ ਖਿਆਲ, ਹੁਣ ਤਾਂ ਉਦੋਂ ਵੀ ਸ਼ਰਤ ਚੱਕ ਦਿੱਤੀ ਹੈ ਜੀ? ਬਿਲਕੁਲ ਜੀ, ਪਹਿਲੀਆਂ 'ਚ ਹੁੰਦਾ ਸੀ ਕਿ ਨਹੀਂ ਜੀ ਇਹ ਤੁਸੀਂ ਜਾਂ ਤਾਂ ਜੇ ਤਾਂ ਸਟੂਡੈਂਟ ਲੋਨ ਲਿਆ ਹੋਇਆ ਤਾਂ ਹੈ, ਜੇ ਤੁਸੀਂ ਫੜ ਕੇ ਇੱਧਰੋਂ ਉੱਧਰੋਂ ਇਕੱਠੇ ਕੀਤੇ ਨੋ ਉਹਨੂੰ ਵੀਜ਼ਾ ਨਹੀਂ ਲੱਗਦਾ। ਮੇਰਾ ਖਿਆਲ ਹੁਣ ਤਾਂ ਕਹਿੰਦੇ ਨੋ, ਸਾਲ ਦਾ GIC ਭਰੋ ਤੁਸੀਂ, ਪਹਿਲੀ ਫੀਸ ਭਰੋ, ਪੈਸੇ ਕਿੱਥੋਂ ਆਏ ਨੇ, ਕਿੱਥੇ ਗਏ, ਲੀਨੀਅੰਟ ਹੋ ਗਿਆ ਜੀ ਥੋੜ੍ਹਾ ਸਿਸਟਮ। ਪਹਿਲਾਂ ਨਾਲੋਂ ਥੋੜ੍ਹੇ ਲਿਬਰਲ ਹੋਏ ਆ ਜੀ, ਤਾਂ ਹੀ ਇੰਨੇ ਜ਼ਿਆਦਾ ਵੀਜ਼ੇ ਕੈਨੇਡਾ ਦੇ ਲੱਗਣੇ ਸ਼ੁਰੂ ਹੋਏ ਆ ਸਟੱਡੀ ਵੀਜ਼ਾ ਦੇ ਪੁਆਇੰਟ ਆਫ ਵਿਊ ਨਾਲ, ਲੇਕਿਨ ਕਿਤੇ ਨਾ ਕਿਤੇ ਉਹ ਅਦਰ ਵੇ ਚੈੱਕ ਕਰਦੇ ਜ਼ਰੂਰ ਆ ਜੀ ਕਿ ਪੈਸਾ ਆਉਂਦਾ ਕਿੱਥੋਂ ਆ। ਜਦੋਂ ਤੁਸੀਂ ਇਨਵੈਸਟਰ ਦੀ ਗੱਲ ਕਰਦੇ ਹੋ ਤਾਂ ਉਹ ਜੇ ਤੁਸੀਂ ਕਿਸੇ ਕੋਲ ਫੜ ਕੇ ਵੀ ਲੈ ਰਹੇ ਹੋ ਤਾਂ ਉਹਦੀ ਵੀ ਐਕਸਪਲੇਨੇਸ਼ਨ ਅਲਟੀਮੇਟਲੀ ਤੁਹਾਨੂੰ ਦੇਣੀਆਂ ਪੈਂਦੀਆਂ ਨੇ ਜੀ, ਕਿਤੇ ਨਾ ਕਿਤੇ ਜਾ ਕੇ, ਚਾਹੇ ਇੱਥੇ ਆ ਕੇ ਵੀ ਕਈ ਵਾਰੀ ਉਹ ਤੁਹਾਡੇ ਕੋਲੋਂ ਡਿਟੇਲਸ ਮੰਗ ਲੈਂਦੇ ਆ ਵੀ ਤੁਸੀਂ ਆਪਣੀ ਬੈਕਅਪ ਦਿਖਾਓ ਕਿ ਆਹ ਪੈਸਾ ਤੁਸੀਂ ਲਿਆਂਦਾ ਕਿੱਥੋਂ ਆ, ਤੁਹਾਡਾ ਸੋਰਸ ਕੀ ਸੀਗਾ ਉੱਥੇ। ਉਹ ਚੀਜ਼ਾਂ ਵੈਰੀਫਾਈ ਹੋ ਸਕਦੀਆਂ ਨੇ ਕਿਸੇ ਵੀ ਲੈਵਲ 'ਤੇ, ਤਾਂ ਅਸੀਂ ਤਾਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਜੋ ਤੁਹਾਡਾ ਮੈਕਸੀਮਮ ਐਸੈਟਸ ਵੈਲਿਊ ਆ ਉਹ ਦਿਖਾ ਲਓ। ਅੱਛਾ, BC ਦੇ ਵਿੱਚ ਤੁਸੀਂ ਦੱਸ ਰਹੇ ਹੋ ਕਿ ਲਗਭਗ $1,00,000 ਤੋਂ ਜ਼ਿਆਦਾ ਅਤੇ $3 ਲੱਖ ਸ਼ੋਅ ਕਰਕੇ, ਇਹ ਪ੍ਰੋਸੈਸ ਕਿੰਨਾ ਕੁ ਲੰਬਾ ਜੀ? ਇਹ ਪ੍ਰੋਸੈਸ ਘੱਟੋ ਘੱਟ 1.5 ਸਾਲ ਦਾ ਹੈਗਾ ਮਿਨੀਮਮ।
ਬਟ ਇਹ ਕਿ ਜਦੋਂ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਤੁਸੀਂ ਇਨੀਸ਼ੀਅਲ ਰਿਕੁਆਇਰਮੈਂਟਸ ਕੰਪਲੀਟ ਕਰ ਲੈਂਦੇ ਹੋ, ਉਸ ਤੋਂ ਬਾਅਦ BC ਗਵਰਨਮੈਂਟ ਜਦੋਂ ਤੁਹਾਡੀਆਂ ਰਿਕੁਆਇਰਮੈਂਟਸ ਫੁਲਫਿਲ ਹੋ ਜਾਂਦੀਆਂ ਨੇ ਤੁਹਾਨੂੰ ਇਨਵਾਈਟ ਕਰਦੀ ਆ, ਉਹ ਇਨਵੀਟੇਸ਼ਨ ਤੋਂ ਬਾਅਦ ਤੁਹਾਨੂੰ ਉਹ ਵਰਕ ਪਰਮਿਟ ਦਿੰਦੀ ਆ। ਉਹ ਵਰਕ ਪਰਮਿਟ ਦੇਣ ਦੇ ਵਿੱਚ ਇਹ ਹੁੰਦਾ ਹੈ ਕਿ ਤੁਸੀਂ ਜੋ ਕਿਹਾ ਹੈ, ਜੋ ਬਿਜ਼ਨਸ ਪਲਾਨ ਦਿੱਤਾ ਹੈ, ਤੁਸੀਂ ਉਹਦੇ ਅਕੋਰਡਿੰਗ ਇਨਵੈਸਟ ਕਰਨਾ ਹੈ, ਔਰ ਜੋ ਤੁਸੀਂ ਉਹਨਾਂ ਨੂੰ ਕਮਿਟ ਕੀਤਾ ਕਿ ਅਸੀਂ ਇਹ ਚੀਜ਼ਾਂ ਕਰਾਂਗੇ ਬਿਜ਼ਨਸ ਪਲਾਨ ਦੇ ਅਕੋਰਡਿੰਗ, ਉਹ ਤੁਹਾਨੂੰ ਵਿਦਇਨ 2 ਈਅਰਸ ਪਰੂਵ ਕਰਨਾ, ਔਰ ਉਸ ਤੋਂ ਬਾਅਦ ਤੁਹਾਡੀ PR ਕਨਫਰਮ ਹੁੰਦੀ ਆ। ਬਟ ਉਸ ਤੋਂ ਪਹਿਲਾਂ ਉਹਨਾਂ ਨੇ ਉਹ ਤੁਹਾਨੂੰ ਵਰਕ ਪਰਮਿਟ ਦੇ ਦਿੰਦੇ ਆ ਕਿ ਜੋ ਤੁਸੀਂ ਕਿਹਾ ਕਿ ਤੁਸੀਂ ਵਾਕਈ 'ਚ ਉਹ ਸੱਚ ਹੈ। ਅੱਛਾ, ਮੈਨੂੰ ਇਹ ਦੱਸੋ, ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਉਹ 2 ਸਾਲ ਦੇ ਵਿੱਚ ਤੁਸੀਂ ਪਰੂਵ ਕਰਨਾ ਪੈਂਦਾ ਤੁਹਾਨੂੰ, ਇਹ ਵੀ ਹੈ ਕਿ ਜਿਸ ਥਾਂ 'ਤੇ ਤੁਸੀਂ ਬਿਜ਼ਨਸ ਸ਼ੁਰੂ ਕਰ ਲਿਆ ਕਿ ਤੁਹਾਨੂੰ ਉੱਥੇ ਹੀ ਰਹਿਣਾ ਪੈਣਾ? ਜੇ ਮੰਨ ਲਓ ਮੈਂ ਸਰੀ 'ਚ ਆ ਕੇ, ਕਿਉਂਕਿ ਸਰੀ ਤਾਂ ਪਰ ਉਸ ਦਾਇਰੇ 'ਚ ਆਉਂਦੀ ਨਹੀਂ, ਮੰਨ ਲਓ ਵੀ ਸਰੀ ਦੀ ਆਬਾਦੀ 75,000 ਤੋਂ ਘੱਟ ਆ, ਮੈਂ ਇੱਥੇ ਆ ਕੇ ਬਿਜ਼ਨਸ ਸ਼ੁਰੂ ਕਰ ਲਿਆ, ਇੱਥੇ ਮੈਨੂੰ ਲੱਗਦਾ ਕਿ ਪ੍ਰੋਫਿਟੇਬਲ ਨਹੀਂ, ਭਾਵੇਂ ਮੈਨੂੰ ਅਪਰੂਵਲ ਮਿਲੀ ਸੀ, ਇਸਦਾ ਵੀਜ਼ਾ ਮਿਲ ਗਿਆ, ਮੈਂ ਕੋਈ ਹੋਰ ਟਾਊਨ ਲੱਭ ਲਿਆ, ਮੈਨੂੰ ਲੱਗਦਾ ਕਿ ਉੱਥੇ ਤਾਂ ਵਸੋਂ 15,000 ਆ, ਪਰ ਉੱਥੇ ਇਸ ਤਰ੍ਹਾਂ ਦਾ ਕੋਈ ਬਿਜ਼ਨਸ ਨਹੀਂ, ਕਿ ਉੱਥੇ ਮੂਵ ਕੀਤਾ ਜਾ ਸਕਦਾ ਜਾਂ ਨਹੀਂ? ਨਹੀਂ ਜੀ, ਤੁਸੀਂ ਉੱਥੇ ਮੂਵ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਗਵਰਨਮੈਂਟ ਨੂੰ ਕਿਹਾ ਹੈ, ਤੁਸੀਂ BC ਗਵਰਨਮੈਂਟ ਨੂੰ ਕਮਿਟ ਕੀਤਾ। BC ਦੀ ਗੱਲ ਕਰ ਰਹੇ ਨਹੀਂ, ਵਿਦਇਨ BC 'ਚ ਵੀ ਤੁਸੀਂ ਕਮਿਟ ਕਿਹਾ ਨਾ, ਕਿਉਂਕਿ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਹਰ ਕਮਿਊਨਿਟੀ, ਹਰ ਟਾਊਨ ਦੀ ਆਪਣੀ ਇੱਕ ਰਿਕੁਆਇਰਮੈਂਟ ਆ, ਹਾਂ ਜੋ ਚਾਹੀਦਾ। ਹੁਣ ਤੁਸੀਂ ਕਹੋ ਕਿ ਇੱਕ ਛੋਟੇ ਜਿਹੇ ਟਾਊਨ 'ਚ ਫਾਰਮਿੰਗ ਦਾ ਚਾਹੀਦਾ, ਤੁਸੀਂ ਫਾਰਮਿੰਗ 'ਤੇ ਫਾਈਲ ਲਾਤੀ, ਹੁਣ ਦੂਜੇ ਟਾਊਨ 'ਚ ਜਿੱਥੇ ਤੁਸੀਂ ਮੂਵ ਕਰਨਾ ਚਾਹੁੰਦੇ ਹੋ ਉੱਥੇ ਰਿਕੁਆਇਰਮੈਂਟ ਹੀ ਨਹੀਂ ਹੈ, ਅਤੇ ਉਹ ਕਮਿਊਨਿਟੀ ਨਹੀਂ ਤੁਹਾਨੂੰ ਸਪੋਰਟ ਕਰ। ਰਿਕੁਆਇਰਮੈਂਟ ਲੱਭ ਲਈ ਜਾਵੇ, ਮੈਂ ਦੇਖਿਆ ਕਿ ਇੱਥੇ ਮੈਂ ਮੈਕਸ ਸਟੋਰ ਕਰ ਲਿਆ, ਮੈਂ ਦੇਖਿਆ ਇੱਥੋਂ 400 ਕਿਲੋਮੀਟਰ ਦੂਰ ਜਾ ਕੇ ਉੱਥੇ ਵੀ ਉਸ ਚੀਜ਼ ਦੀ ਜ਼ਰੂਰਤ ਹੈ, ਡਿਮਾਂਡ ਹੈ, ਕੀ ਮੈਂ ਇੱਥੋਂ ਉੱਥੇ ਜਾ ਸਕਦਾ? ਜੇਕਰ ਉਹ ਵਿਦਇਨ ਦੈਟ ਕਮਿਊਨਿਟੀ ਆ ਉਹ ਏਰੀਆ ਪੈਂਦਾ, ਫਿਰ ਤਾਂ ਤੁਹਾਨੂੰ ਗਵਰਨਮੈਂਟ ਉਹਦਾ ਉੱਪਰ ਮਿਲੇਗੀ, ਪ੍ਰਪੋਜ਼ਲ ਕਰ ਦੇਗੇ। ਅਸੀਂ ਹੁਣ ਜਿਹੜੇ ਕੇਸ ਪ੍ਰੋਸੈਸ ਕਰ ਰਹੇ ਹਾਂ ਨਾ ਇਸ ਟਾਈਮ, ਅਸੀਂ ਸੇਮ ਕੈਟਾਗਰੀ ਦੇ ਵਿੱਚ, ਉਹਦੇ 'ਚ ਅਸੀਂ ਕਈ ਚੀਜ਼ਾਂ, ਕਿਉਂਕਿ ਤੁਹਾਨੂੰ ਚੱਲ ਕੇ ਪਤਾ ਲੱਗਦੀਆਂ ਨੇ ਵਿਦ ਪੈਸੇਜ ਆਫ ਟਾਈਮ, ਹੁਣ ਕਮਿਊਨਿਟੀ ਵੀ ਸਿਆਣੀਆਂ ਹੋਈ ਜਾਂਦੀਆਂ ਨੇ, ਜਿੱਥੇ ਜਿੱਥੇ ਅਸੀਂ ਇਨਵੈਸਟਰ ਭੇਜਦੇ ਹਾਂ ਨਾ, ਉਹ ਵੀ ਚਾਹੁੰਦੇ ਨੇ ਕਿ ਅਸੀਂ ਬੰਦੇ ਨੂੰ ਇੱਕ ਵਾਰੀ ਸਾਡੇ ਇਨ ਪਰਸਨ ਸਾਡੇ ਕੋਲ ਭੇਜੋ, ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ, ਉਹਦੀ ਕੁਆਲੀਫਿਕੇਸ਼ਨ, ਉਹਦਾ ਸਿਸਟਮ ਸਾਰਾ, ਕਿ ਉਹਨੂੰ ਜੋ ਕਮਿਟਮੈਂਟ ਕਰਨ ਡਿਆ ਵਾਕਿਆ ਉਹਦੇ ਔਰੇ 'ਚ ਦਿਖਦਾ ਵਾ ਕਿ ਉਹ ਕਰ ਪਾਏਗਾ ਕਿ ਨਹੀਂ ਕਰ ਪਾਏਗਾ, ਇਹ ਚੀਜ਼ਾਂ ਵੀ ਵਿੱਚ ਅਕਾਊਂਟ ਫਾਰ ਹੋਣ ਲੱਗ ਪਿਆ। ਅੱਛਾ, ਜਦੋਂ ਹੁਣ ਫਾਈਲ ਕੋਈ ਇੱਦਾਂ ਦੀ ਬੰਦਾ ਕਿਸੇ ਵੀ ਕੈਟਾਗਰੀ ਜਿਹੜੀਆਂ ਲੋੜੀਂਦੀਆਂ ਨੇ, ਬਿਲਕੁਲ ਰਿਕੁਆਇਰਡ ਨੇ, ਕਿ ਉਹਦੇ 'ਚ ਕੋਈ ਵਿਜ਼ਿਟ ਮਿਲਦੀ ਹੈ ਜੀ ਪਹਿਲਾਂ ਫਾਈਲ ਪ੍ਰੋਸੈਸਿੰਗ ਦੇ ਦੌਰਾਨ ਜਾਣੀ? ਹਾਂਜੀ ਹਾਂਜੀ, ਤੁਹਾਨੂੰ ਇੱਕ ਐਕਸਪਲੋਰਟਰੀ ਵਿਜ਼ਿਟ ਦੇਣੀ ਪੈਂਦੀ ਆ, ਔਰ ਇਹਨੂੰ ਹਮੇਸ਼ਾ ਉਹ ਪ੍ਰੈਫਰ ਕਰਦੇ ਆ ਐਕਸਪਲੋਰਟਰੀ ਵਿਜ਼ਿਟ 'ਚ, ਜਿਵੇਂ ਵੈਕ ਸਾਹਿਬ ਨੇ ਹੁਣੇ ਕਿਹਾ ਕਿ ਕਮਿਊਨਿਟੀ ਦਾ ਜਿਹੜਾ ਇੱਕ ਨੁਮਾਇੰਦਾ ਹੁੰਦਾ ਉਹ ਉਹਨਾਂ ਨੂੰ ਇੰਟਰਵਿਊ ਕਰਦਾ, ਚੈੱਕ ਕਰਦਾ ਕਿ ਵਾਕਈ 'ਚ ਇਹ ਜੈਨੂਇਨ ਕੈਂਡੀਡੇਟ ਹੈ, ਇਹ ਸਾਡੀ ਕਮਿਊਨਿਟੀ 'ਚ ਜੇ ਇਸ ਹਿਸਾਬ ਨਾਲ ਅਸੀਂ ਇਹਨਾਂ ਨੂੰ ਦੇ ਰਹੇ ਹਾਂ ਪ੍ਰੋਵਿਜ਼ਨ, ਇਹ ਇੱਥੇ ਸਟੇਬਲ ਰਹਿਣਗੇ, ਕਿ ਇਹ ਜਿਵੇਂ ਨੋਰਮਲੀ ਕਈ ਵਾਰੀ ਕੈਂਡੀਡੇਟ ਕਰਦੇ ਕਿ PR ਲੈਣ ਵਾਸਤੇ ਤਿਆਰ ਕਰ ਲਿਆ ਉਸ ਤੋਂ ਬਾਅਦ ਆ, ਸੋ ਉਸ ਚੀਜ਼ ਨੂੰ ਖਿਆਲ 'ਚ ਰੱਖਦੇ ਆ ਕਿ ਅਪਾਰਟ ਫਰੋਮ ਦੈਟ। ਹੁਣ ਕਈ ਵਾਰੀ ਨਾ ਜਿਹੜੇ ਚੰਗੀਆਂ ਕਮਿਊਨਿਟੀ ਆ, ਜਿੱਥੇ ਤੁਸੀਂ ਜਿੱਦਾਂ ਤੁਸੀਂ ਸਰੀ ਦਾ ਇੱਕ ਐਗਜ਼ਾਮਪਲ ਬਣਾ ਰਹੇ ਹੋ, ਉੱਥੇ ਕਈ ਬੰਦੇ ਅਪਲਾਈ ਕਰਨ ਡੇ ਹੁੰਦੇ ਆ, ਅਤੇ ਕਮਿਊਨਿਟੀ ਵਾਲਿਆਂ ਕੋਲੋਂ ਵੀ ਫਿਰ ਨਾ ਡਿਫਰੈਂਟ ਐਪਲੀਕੇਸ਼ਨ ਲੈਵਲ ਆ ਜਾਂਦੇ ਆ, ਫਿਰ ਉਹ ਚੂਜ਼ੀ ਹੋ ਜਾਂਦੇ ਆ ਜੀ ਜਿਹੜਾ ਬੈਸਟ ਆ, ਐਗਜੈਕਟਲੀ ਜਿਹੜਾ ਬੈਸਟ ਆ ਅਸੀਂ ਉਹਨੂੰ ਹੀ ਲੈ ਕੇ ਆਈਏ, ਅਤੇ ਤਾਂ ਕਿ ਸਾਡੇ ਏਰੀਏ ਦੀ ਵਧੀਆ ਡਿਵੈਲਪਮੈਂਟ ਹੋ ਸਕੇ। ਸੋ ਉਹ ਚੀਜ਼ਾਂ ਵੀ ਅਲਟੀਮੇਟਲੀ ਸਾਰੀਆਂ ਅਕਾਊਂਟ ਫਾਰ ਹੁੰਦੀਆਂ ਨੇ, ਸਾਨੂੰ ਕਾਫੀ ਜਦੋਜਹਿਦ ਕਰਨੀ ਪੈਂਦੀ ਆ ਜੀ ਇਹੋ ਜਿਹੇ ਕੇਸ ਨੂੰ ਅਪਰੂਵਲ ਤੱਕ ਲੈ ਕੇ ਜਾਣ ਵਾਸਤੇ, PR ਤੱਕ ਬਣਾਉਣ ਵਾਸਤੇ। ਹੁਣ ਵਿਕ ਸਾਹਿਬ ਇਹ ਦੱਸੋ, ਮੰਨ ਲਓ ਉਹਨੂੰ ਵਿਜ਼ਿਟ ਮਿਲ ਗਈ ਹੈ ਕਿਸੇ ਵੀ ਕੈਂਡੀਡੇਟ ਨੂੰ ਜੀ, ਉੱਥੋਂ ਤੋਂ ਉਹਨੂੰ ਵਿਜ਼ਿਟ ਦੇ ਦਿੱਤੀ ਕਿ ਲੱਗਦਾ ਕਿ ਜੋ ਅਸੀਂ ਰਿਕੁਆਇਰਮੈਂਟ ਨੇ ਫੁਲਫਿਲ ਕਰਦਾ ਜੀ, ਪਰ ਇੱਥੇ ਆਉਣ ਤੋਂ ਬਾਅਦ ਸਿਨੈਰੀਓ ਚੇਂਜ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ? ਕਿਤੇ ਬੜੇ ਰਿਮੋਟ ਸਿਸਟਮ ਦੇ ਵਿੱਚ ਜਾ ਕੇ ਇਹੋ ਜਿਹੀ ਨੌਬਤ ਆਉਂਦੀ ਹੈ, ਕਿਉਂਕਿ ਬਾਏ ਡਿਫਾਲਟ ਇਹਨਾਂ ਕੰਟਰੀਆਂ ਦਾ ਸਿਸਟਮ ਬੜਾ ਨਾ ਬੜਾ ਡਿਫਾਈਂਡ ਆ, ਏਰੀਆ ਵਾਈਜ਼ ਇਹ ਮਾਰਕਿੰਗ ਹੁੰਦੀ ਹੈ ਵੀ ਜੇ ਇਸ ਏਰੀਏ 'ਚ ਜੇ ਇਹ ਬਿਜ਼ਨਸ ਕਰਨਾ ਵਾ ਤਾਂ ਇਹ ਬਿਜ਼ਨਸ ਨਾਲ ਛੇਤੀ ਕਿਤੇ ਦੂਜਾ ਬਿਜ਼ਨਸ ਨਾਲ ਸੇਮ ਨਹੀਂ ਬੰਦਾ ਖੋਲ੍ਹ ਸਕਦਾ, ਤੁਹਾਨੂੰ ਇੱਕ ਪਲਾਨ ਦਿੱਤਾ ਜਾਂਦਾ ਵਾ ਜਿਹ 'ਚ ਡਿਫਾਈਂਡ ਹੁੰਦਾ ਇੱਥੇ ਇੱਕ ਮੈਡੀਕਲ ਸ਼ੋਪ ਬਣੇਗੀ, ਇੱਥੇ ਇੱਕ ਗਰੋਸਰੀ ਸਟੋਰ ਹੋਏਗਾ, ਇੱਥੇ ਇੱਕ ਕਨਵੀਨੀਅੰਸ ਸਟੋਰ ਹੋਏਗਾ, ਇੱਥੇ ਗੈਸ ਐਗਜੈਕਟਲੀ ਉਹ ਡਿਫਾਈਂਡ ਹੁੰਦਾ, ਉਸ ਕਰਕੇ ਛੇਤੀ ਕਿਤੇ ਬਿਜ਼ਨਸ ਥੱਲੇ ਨਹੀਂ ਜਾਂਦਾ। ਲੇਕਿਨ ਇਨ ਕੇਸ ਜੇ ਕਿਤੇ ਚਲੇ ਵੀ ਜਾਂਦਾ ਸਰਕਮਸਟੈਂਸਿਸ ਕਰਕੇ ਜਾਂ ਹਾਲਾਤਾਂ ਕਰਕੇ ਜਾਂ ਬੰਦੇ ਦੀ ਆਪਣੀ ਪ੍ਰੋਬਲਮ ਕਰਕੇ, ਤਾਂ ਉਹ ਵੀ ਅਵੈਲੂਏਟ ਹੁੰਦਾ ਵਾ ਐਂਡ ਆਫ ਦਾ ਡੇ ਕਿ ਇਹਨੇ ਐਫਰਟ ਕਿੰਨੇ ਕੀਤੇ ਆ, ਚਾਹੇ ਨੈਗੇਟਿਵ ਵੀ ਚਲੇ ਗਿਆ ਲੇਕਿਨ ਜੇ ਉਹਦੇ ਐਫਰਟ ਦਿਖਣ ਡੇ ਆ ਤਾਂ ਵੀ ਉਹਨੂੰ ਪੋਜ਼ਿਟਿਵ ਲਿਆ ਜਾਂਦਾ ਕਿ ਬੰਦੇ ਨੇ ਮਿਹਨਤ ਕੀਤੀ ਆ, ਨਹੀਂ ਕਾਮਯਾਬ ਹੋਇਆ ਕਿਉਂਕਿ ਬਿਜ਼ਨਸ ਆ। ਮੇਰਾ ਸਵਾਲ ਇਹ ਹੈ ਕਿ ਬੰਦੇ ਨੂੰ ਵਿਜ਼ਿਟ ਦੇ ਦਿੱਤੀ ਆ ਹਾਲੇ ਕਿ ਤੂੰ ਕਾ ਕੇ ਦੇਖ, ਜਦੋਂ ਉਹਨੂੰ ਇੰਟਰਵਿਊ ਕੀਤਾ ਉਸ ਕਮਿਊਨਿਟੀ ਦੇ ਉੱਥੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਕਿ ਉਹ ਉਹਨੂੰ ਉਹਨੂੰ ਕਹਿ ਸਕਦੇ ਨੇ ਨਹੀਂ
ਇਹ ਬੰਦਾ ਤਾਂ ਵੇਸਟ ਭਾਵੇਂ ਕਰਨ ਆ ਗਿਆ ਪਰ ਇਹ ਫਿੱਟ ਨਹੀਂ ਹੋ ਸਕਦਾ ਉਸ ਸਿਸਟਮ 'ਚ। ਉਹ ਡਿਪੈਂਡ ਕਰਦਾ ਓਪਰਚੁਨਿਟੀ ਉੱਪਰ ਜੀ, ਜੇ ਉਹਨਾਂ ਕੋਲ ਦੋ ਤਿੰਨ ਓਪਰਚੁਨਿਟੀ ਆ ਉਹੀ ਉਹ ਬੈਟਰ ਚੂਜ਼ ਕਰਨਗੇ, ਸੇਮ ਪ੍ਰੋਵਾਈਡਰ ਤੇ ਫਿਰ ਉਹ ਦੇਖਣਗੇ ਕਿ ਅਸੀਂ ਬੈਟਰ ਲੈ ਲਈਏ। ਬਾਕੀ ਸਾਡੇ ਵੱਲੋਂ ਸਾਰਾ ਇਹੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਵੀ ਅਸੀਂ ਕੇਸ ਤਿਆਰ ਕਰਨ ਡੇ ਆ ਉਹਨੂੰ ਅਪ ਟੂ ਡੇਟ ਲੈ ਕੇ ਜਾਇਆ ਜਾਵੇ, ਅਸੀਂ ਕਮਿਊਨਿਟੀ ਨੂੰ ਪਹਿਲਾਂ ਬਹੁਤ ਜ਼ਿਆਦਾ ਸੁਣਦੇ ਹਾਂ। ਅੱਛਾ ਅਵਨਾਸ਼ ਜੀ, ਇੱਕ ਹੁਣ ਇਹ ਦੱਸੋ, ਕੁਛ ਵੀ ਨਹੀਂ ਹੁਣ ਮਤਲਬ ਲੱਖ ਡਾਲਰ ਤਾਂ ਸਾਡੇ ਭਾਈਚਾਰੇ ਕੋਲ ਉੱਥੇ ਵੀ ਬਹੁਤ ਪੈਸਾ ਆ ਗਿਆ, ਕਿਉਂਕਿ ਲੱਖ ਡਾਲਰ ਦੇ ਵਿੱਚ ਉਹਦੇ ਤਿੰਨ ਬੱਚੇ ਆ ਜਾਂ ਦੋ ਬੱਚੇ ਤਾਂ ਹਸਬੈਂਡ ਵਾਈਫ ਨੇ, ਚਾਰ ਕੈਂਡੀਡੇਟ ਆ ਰਹੇ ਨੇ ਇੱਕ ਲੱਖ ਡਾਲਰ ਦੇ ਵਿੱਚ, ਔਰ ਲੀਗਲੀ ਆ ਰਹੇ ਨੇ, ਕਿਸੇ ਨੂੰ ਬਾਅਦ 'ਚ ਇੱਥੇ ਇਹ ਨਹੀਂ ਵੀ ਅਸੀਂ ਕੱਚੇ ਹਾਂ ਜੀ, ਦੇ ਪੈਸਾ ਲੈ ਪੈਸਾ, ਫਿਰ ਵੀ ਸਿਰ 'ਤੇ ਤਲਵਾਰ ਲਟਕ ਰਹੀ ਹੈ ਕਿ ਪਤਾ ਨਹੀਂ ਪੀ ਆਰ ਮਿਲਣੀ ਹੈ ਜਾਂ ਨਹੀਂ ਮਿਲਣੀ। ਅੱਛਾ, ਉਹ ਬੱਚਿਆਂ ਸਮੇਤ ਸਾਰੇ ਪੀ ਆਰ ਹੋਣਗੇ ਜਾਂ ਹਸਬੈਂਡ ਵਾਈਫ ਜੀ? ਨਹੀਂ ਜੀ, ਹਾਂਜੀ, ਬੱਚਿਆਂ ਸਮੇਤ ਜਿਹੜੇ ਬੱਚੇ 22 ਸਾਲ ਅਤੇ ਉਸ ਤੋਂ ਛੋਟੇ ਹੈ ਉਹ ਸਾਰੇ ਪੀ ਆਰ ਹੋਣਗੇ। ਅੱਛਾ, ਪੂਰੇ ਉਹਦੇ। ਅਤੇ ਜੇ ਬੱਚੇ ਪੜ੍ਹਨ ਵਾਲੇ ਹੈ? ਹਾਂਜੀ, ਪੜ੍ਹਨ ਵਾਲੇ ਜਿਹੜੇ ਵੀ 22 ਸਾਲ ਅਤੇ 22 ਸਾਲ ਤੋਂ ਛੋਟੇ ਹੈ, ਜੇ ਉਸ ਤੋਂ ਬਾਅਦ ਜੇ ਪੜ੍ਹਨ ਵਾਲੇ ਆ ਨਹੀਂ ਉਹਨਾਂ ਨੂੰ ਨਹੀਂ, ਇਹ ਬਹੁਤ ਟਾਈਮ ਪਹਿਲਾਂ ਚੱਲਦਾ ਸੀਗਾ, ਨਹੀਂ ਉਹ ਡਿਪੈਂਡੈਂਟ ਨਹੀਂ ਗਿਣੇ ਜਾਣਗੇ, ਬਹੁਤ ਟਾਈਮ ਪਹਿਲਾਂ ਚੱਲਦਾ ਸੀਗਾ ਕਿ ਪੜ੍ਹਦੇ ਰਹਿਣ ਦਿਓ ਅਤੇ ਇਹ ਡਿਪੈਂਡੈਂਟ ਕਾਊਂਟ ਹੋ ਜਾਣਗੇ, ਬਟ ਐਮਏ ਕਰ ਲੈਂਦੇ ਸੀ ਲੋਕ। ਹਾਂਜੀ, ਹੁਣ ਨਹੀਂ ਇੱਦਾਂ ਹੈਗਾ। ਅੱਛਾ, ਮੇਰਾ ਸਵਾਲ ਇਹ ਵੀ ਹੈ ਨਾਲ, ਹੁਣ ਬਹੁਤ ਸਾਰੇ ਦਰਸ਼ਕ ਇਹ ਸੋਚ ਰਹੇ ਹੋਣਗੇ ਕਿ ਬੱਚਾ ਮੇਰਾ 3ਜੀ 'ਚ ਹੈ, ਬੱਚਾ ਮੇਰਾ 5ਵੀਂ 'ਚ ਹੈ, ਬੱਚਾ ਮੇਰਾ 7ਵੀਂ 'ਚ ਹੈ, ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਦੀ ਫੀ ਬਹੁਤ ਹਾਈ ਹੁੰਦੀ ਹੈ ਜੀ, ਉਹਨਾਂ ਨੂੰ 12th grade ਤੱਕ ਕੋਈ ਫੀਸ ਲੱਗੂਗੀ? ਇੰਟਰਨੈਸ਼ਨਲ ਸਟੂਡੈਂਟ ਗਿਣੇ ਜਾਣਗੇ ਜਾਂ ਨਹੀਂ? ਨਹੀਂ, 12th grade ਤੱਕ ਉਹਨਾਂ ਨੂੰ ਕੋਈ ਫੀਸ ਨਹੀਂ ਲੱਗੂਗੀ ਜੀ। ਸੋ ਉਹ ਫ੍ਰੀ ਆਫ ਕੋਸਟ ਹੀ ਪੜ੍ਹਨਗੇ? ਬਿਲਕੁਲ ਬਿਲਕੁਲ, ਉਹ ਜੋ ਨੋਮੀਨਲ ਚਾਰਜਸ ਹੁੰਦੇ ਆ ਸਕੂਲ ਦੇ ਰਜਿਸਟ੍ਰੇਸ਼ਨ ਦੇ ਅਦਰ, ਉਹ ਪੇ ਕਰਨੇ ਪੈਣਗੇ, ਅਦਰਵਾਈਜ਼ ਕੋਈ ਫੀਸ ਨਹੀਂ ਹੈ, ਜੋ ਇੱਕ ਸਿਟੀਜ਼ਨ ਦੇ ਆ ਜੋ ਬਾਕੀਆਂ ਦੇ ਉਦਾਂ ਦੇ ਜੀ ਜੀ। ਹਾਂਜੀ, ਉਹਨਾਂ ਨੂੰ ਕੋਈ ਫੀਸ ਨਹੀਂ? ਨਹੀਂ, ਉਹਨਾਂ ਨੂੰ ਕੋਈ ਫੀਸ ਨਹੀਂ ਹੈ, ਕੋਈ ਕਿਸ ਨਹੀਂ ਹੈ। ਜੋ ਇੱਕ PR ਪਰਮਾਨੈਂਟ ਰੈਜ਼ੀਡੈਂਟ ਅਤੇ ਕੈਨੇਡੀਅਨ ਦੇ ਬੱਚੇ ਜਿਹੜਾ ਇਨਰੋਲ ਹੁੰਦੇ ਆ ਗ੍ਰੇਡ 12 ਤੱਕ, ਸੇਮ ਉਹਨਾਂ 'ਤੇ ਵੀ ਲਾਗੂ ਹੁੰਦਾ। ਅੱਛਾ, ਹੁਣ ਇਨਵੈਸਟਰ ਕਲਾਸ ਦੇ ਵਿੱਚ ਹੀ ਤੁਸੀਂ ਦੱਸ ਰਹੇ ਹੋ ਕਿ $1,00,000 ਮਿਨੀਮਮ ਅਤੇ $3,00,000 ਸ਼ੋਅ ਕਰਨਾ, ਇਹ ਤੋਂ ਕੋਈ ਵੱਡੀ ਇਨਵੈਸਟਮੈਂਟ ਵਾਲਾ ਵੀ ਹੋਰ ਵੀ ਪ੍ਰੋਗਰਾਮ ਹੈ ਜਾਂ ਇਹੀ ਜਿਹੜਾ ਇਸ ਵੇਲੇ ਪਾਇਲਟ ਪ੍ਰੋਜੈਕਟ ਚੱਲ ਰਿਹਾ? ਨਹੀਂ, BC ਦਾ ਜੀ ਇੱਕ ਹੈਗਾ IA, ਦੂਸਰਾ ਇਨਵੈਸਟਮੈਂਟ ਪ੍ਰੋਗਰਾਮ ਹੈਗਾ ਕਿ ਜਿਹੜਾ ਨੋਰਮਲ ਇੱਕ ਬੇਸ ਪ੍ਰੋਗਰਾਮ ਹੈ ਉਹ ਕਿਹੜਾ ਹੈ? ਉਹ ਆਲ BC ਦਾ ਹੈਗਾ, ਉਹਦੇ 'ਚ ਤੁਹਾਨੂੰ $6,00,000 ਸ਼ੋਅ ਕਰਨਾ ਹੈ ਨੈੱਟਵਰਥ ਤੁਹਾਡੀ, ਅਤੇ ਮਿਨੀਮਮ $200,000 $2,00,000 ਇਨਵੈਸਟ ਕਰਨਾ। ਅੱਛਾ ਜੀ, ਉਹਦਾ ਅਤੇ ਇਹਦੇ ਫਰਕ 'ਚ ਪ੍ਰੋਗਰਾਮ 'ਚ ਕੀ ਫਰਕ ਹੈ? ਉਹਦੇ 'ਚ ਪ੍ਰੋਗਰਾਮ ਹੈਗਾ ਕਿ ਉਹ ਘੱਟੋ ਘੱਟ 20 ਮਹੀਨੇ ਉਹਨੂੰ ਲੱਗਦੇ ਆ। ਅੱਛਾ, ਉਹਨਾਂ ਦਾ ਇੱਕ ਰਿਕੁਆਇਰਮੈਂਟਸ ਥੋੜ੍ਹੀਆਂ ਜਿਹੀਆਂ ਹੈਗੀਆਂ ਕਿ 4 ਈਅਰਸ ਦਾ ਇੱਕ ਆਪਣਾ ਬਿਜ਼ਨਸ ਹੋਣਾ ਚਾਹੀਦਾ ਜਿੱਥੋਂ ਆ ਰਹੇ ਹੋ ਤੁਸੀਂ ਬੈਕ ਹੋਮ। ਹਾਂਜੀ। ਅੱਛਾ ਜੀ, 3 ਸਾਲ ਦਾ ਮਿਨੀਮਮ ਅਤੇ 4 ਸਾਲ ਦਾ ਮੈਨੇਜਿੰਗ ਬਿਜ਼ਨਸ ਅਤੇ 3 ਸਾਲ ਦਾ ਤੁਹਾਡਾ ਓਨਰਸ਼ਿਪ ਦਾ ਬਿਜ਼ਨਸ ਜ਼ਰੂਰੀ ਹੋਣਾ ਚਾਹੀਦਾ, ਅਤੇ 100% ਓਨਰਸ਼ਿਪ ਚਾਹੀਦੀ ਹੈ, ਔਰ ਪੋਸਟ ਸੈਕੰਡਰੀ ਐਕਸਪੀਰੀਅੰਸ ਐਜੂਕੇਸ਼ਨ ਚਾਹੀਦੀ ਹੈ। ਠੀਕ ਹੈ ਜੀ। ਐਂਡ ਅੱਛਾ, ਉਹਦੇ 'ਚ ਇਹ ਤਾਂ ਨਹੀਂ ਹੈ ਕਿ ਜਿਹੜੇ ਜਿਸ ਤਰ੍ਹਾਂ ਆਪਾਂ ਦੱਸ ਰਹੇ ਕਿ ਜਿਹੜੇ ਪਹਿਲੀ ਤੁਸੀਂ ਕਲਾਸ ਦੱਸ ਰਹੇ ਹੋ ਕਿ ਜਿਹਦੀ 75,000 ਤੋਂ ਘੱਟ ਪਾਪੂਲੇਸ਼ਨ ਹੈ, ਇਹ ਜਿਹੜੀ ਕਲਾਸ ਹੈ ਇਹਦੇ 'ਚ ਕੋਈ ਇਸ ਤਰ੍ਹਾਂ ਰਿਸਟ੍ਰਿਕਸ਼ਨ ਹੈ? ਨਹੀਂ, ਇਹਦੇ 'ਚ ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਇਹ ਪੂਰੇ BC ਦਾ ਹੀ ਇਹੀ ਪ੍ਰੋਗਰਾਮ ਹੈ। ਸੋ ਇਹਨੂੰ 20 ਮਹੀਨੇ ਦਾ ਪ੍ਰੋਸੈਸਿੰਗ ਟਾਈਮ? ਇਹ ਘੱਟੋ ਘੱਟ 20 ਮਹੀਨੇ ਦਾ ਪ੍ਰੋਸੈਸਿੰਗ ਪੁਆਇੰਟਸ ਹੈ। ਅਤੇ PR ਉੱਥੋਂ ਹੋ ਕੇ ਆਉਂਦਾ ਜਾਂ ਇੱਥੇ ਬਾਅਦ ਦੇ ਵਿੱਚ? ਜੀ, ਇਹਦੇ 'ਚ ਵੀ ਸੇਮ ਪ੍ਰੋਵੀਜ਼ਨ ਹੈਗਾ ਕਿ ਤੁਹਾਨੂੰ ਪਹਿਲਾਂ ਜੇ ਇਨਵੀਟੇਸ਼ਨ ਆ ਗਿਆ, ਤੁਸੀਂ ਉਹਨਾਂ ਦਾ ਉਹ ਕ੍ਰਾਈਟੀਰੀਆ ਬੇਸ ਕ੍ਰਾਈਟੀਰੀਆ ਫੁਲਫਿਲ ਕਰਕੇ ਜੇ ਤੁਹਾਨੂੰ ਇਨਵੀਟੇਸ਼ਨ ਆ ਗਿਆ ਅਤੇ ਅਗੇਨ ਤੁਹਾਨੂੰ ਉਹ ਵਰਕ ਪਰਮਿਟ ਦੇਣਗੇ। ਉਹ ਵਰਕ ਪਰਮਿਟ ਤੋਂ ਬਾਅਦ ਤੁਸੀਂ 2 ਸਾਲਾਂ 'ਚ ਜੋ ਵੀ ਆਪਣਾ ਬਿਜ਼ਨਸ ਪਲਾਨ ਦਿੱਤਾ ਤੁਸੀਂ ਉਹਨੂੰ ਉਹ ਇੰਪਲੀਮੈਂਟ ਕਰੋਗੇ, ਪਰੂਵ ਕਰੋਗੇ, ਔਰ ਉਹਦੇ ਅਕੋਰਡਿੰਗ ਫਿਰ ਅੱਗੇ ਤੁਹਾਨੂੰ ਪੱਕੇ ਕਰਨਗੇ। ਪੁਸ਼ਪਿੰਦਰ ਜੀ, ਇਹ ਦੱਸੋ ਕਿ ਇਹਦੇ ਵਿੱਚ ਕਿਹੜੇ ਕਿਹੜੇ ਪ੍ਰੋਵਿੰਸਿਸ ਦੀ ਆਪਾਂ ਹੋਰ ਗੱਲ ਕਰ ਸਕਦੇ? ਅਸੀਂ ਪ੍ਰਿੰਸ ਐਡਵਰਡ ਆਈਲੈਂਡ ਦੀ ਕਰ ਸਕਦੇ ਹਾਂ ਜੀ, ਨੋਵਾ ਸਕੋਸ਼ੀਆ ਦੇ ਵਿੱਚ ਹੈਗਾ ਵਾ, ਔਰ ਕੁਛ ਪ੍ਰੋਵਿੰਸ ਹੈਗੇ ਜਿੱਥੇ ਡਾਇਰੈਕਟ PR ਵੀ ਹੈਗੀ ਆ, ਉਹ ਆਈ ਥਿੰਕ ਅਵਨਾਸ਼ ਤੁਹਾਨੂੰ ਜ਼ਿਆਦਾ ਬੈਟਰ ਸਮਝਾ। ਦੱਸੋ ਜੀ, ਤੁਸੀਂ ਪ੍ਰਿੰਸ ਐਡਵਰਡ ਆਈਲੈਂਡ ਤੋਂ ਸ਼ੁਰੂ ਕਰ ਲੈਂਦੇ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ BC ਦਾ ਜਾਂ ਹੋਰ ਕੁਛ ਪ੍ਰੋਵਿੰਸਿਸ ਹੈਗੇ, ਇਹਨਾਂ 'ਚ ਇੱਕ ਉਹ ਦਿੰਦੇ ਆ ਕਿ 2 ਸਾਲ ਦਾ ਵਰਕ ਪਰਮਿਟ ਦਿਓ ਅਤੇ ਤੁਸੀਂ ਪਰੂਵ ਕਰੋ ਕਿ ਤੁਸੀਂ ਜੋ ਕਿਹਾ ਹੈ ਉਹ ਕਮਿਟ ਕੀਤਾ ਹੈ, ਉਹਨੂੰ ਤੁਸੀਂ ਕਰ ਰਹੇ ਹੋ, ਔਰ ਉਸ ਤੋਂ ਬਾਅਦ ਉਹ PR ਕਨਫਰਮ ਕਰਦੇ ਆ। ਬਟ ਨਿਊ ਬ੍ਰਾਂਸਵਿਕ ਅਤੇ ਪ੍ਰਿੰਸ ਐਡਵਰਡ ਆਈਲੈਂਡ ਦੀ ਹੈਗੀ ਹੈ ਜਿਹੜੀ ਕਿ ਡਾਇਰੈਕਟ PR ਹੈ, ਜੇ ਆਪਾਂ ਰਿਕੁਆਇਰਮੈਂਟਸ ਫੁਲਫਿਲ ਕਰ ਦਿੰਦੇ ਹਾਂ ਇਨੀਸ਼ੀਅਲੀ ਉਹ ਇਨਵੈਸਟ ਕਰਨ 'ਤੇ, ਉਹ ਡਾਇਰੈਕਟ ਤੁਹਾਨੂੰ PR ਦਿੰਦੇ ਆ। ਵਰਕ ਪਰਮਿਟ ਦੇਣ ਤੋਂ ਬਾਅਦ
ਉਹਦੀ ਕਨਫਰਮੇਸ਼ਨ ਲੈਣ ਤੋਂ ਬਾਅਦ ਪੀ ਆਰ ਨਹੀਂ ਦਿੰਦੇ, ਉਹ ਡਾਇਰੈਕਟ ਤੁਹਾਨੂੰ ਪੀ ਆਰ ਦੇ ਦਿੰਦੇ ਆ। ਜਿਹੜੇ ਨਿਊ ਬਰਨਸਵਿਕ ਤੇ PEI ਦੇ ਇਹ ਪ੍ਰੋਗਰਾਮ ਜਿਹੜੇ ਤੁਹਾਨੂੰ ਡਾਇਰੈਕਟ ਪੀ ਆਰ ਤੇ ਲੈ ਕੇ ਜਾਂਦੇ, ਡਾਇਰੈਕਟ ਪੀ ਆਰ ਤੇ ਲੈ ਕੇ ਜਾਂਦੇ ਆ। ਤੇ ਇਹਨਾਂ ਦੇ ਜਿਹੜੀ ਰਿਕੁਆਇਰਮੈਂਟਸ ਹੈਗੀਆਂ ਹੈ, ਜੇ ਆਪਾਂ ਪਹਿਲਾਂ ਪ੍ਰਿੰਸ ਐਡਵਰਡ ਆਈਲੈਂਡ ਦੀ ਗੱਲ ਕਰੀਏ, ਇਹਦੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਨਹੀਂ ਹੈ, ਸਿਰਫ ਹਾਈ ਸਕੂਲ ਹੈ, ਮਗਰ ਇਹਦੇ 'ਚ ਆਇਲਸ ਦੀ ਰਿਕੁਆਇਰਮੈਂਟ ਜ਼ਰੂਰ ਹੈਗੀ ਹੈ, ਜਿਹੜੀ CLB ਲੈਵਲ 4 ਚਾਹੀਦਾ, ਕੁਛ ਵੀ ਨਹੀਂ ਮੇਰੇ ਖਿਆਲ ਦੇ ਵਿੱਚ। ਹਾਂਜੀ, ਆਮ ਤੌਰ 'ਤੇ। ਹਾਂਜੀ ਹਾਂਜੀ। ਅਤੇ ਇਹਦੇ 'ਚ ਵੀ $600,000, $600,000 ਤੁਹਾਨੂੰ ਨੈਟਵਰਕ ਸ਼ੋ ਕਰਨੀ ਹੈ, ਸ਼ੋ ਕਰਨਾ, ਤੇ ਘੱਟੋ ਘੱਟ $200,000 ਤੁਹਾਨੂੰ ਇਨਵੈਸਟ ਕਰਨਾ ਹੈਗਾ। ਪਰ ਮੇਰੇ ਖਿਆਲ ਦੇ ਵਿੱਚ ਕੋਈ ਘਾਟੇ ਵਾਲਾ ਸੌਦਾ ਨਹੀਂ, ਡਾਇਰੈਕਟ PR ਦੇ ਲੈ ਕੇ ਜਾਂਦੇ ਜੀ ਤੁਹਾਨੂੰ। ਬਿਲਕੁਲ, ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀਗੇ ਕਿ BC ਦੀ ਗੱਲ ਕਰ ਰਹੇ ਸੀਗੇ, ਔਰ ਉਹਦੇ 'ਚ ਆਪਾਂ ਕਹਿ ਰਹੇ ਸੀਗੇ ਕਿ ਵਰਕ ਪਰਮਿਟ ਪਹਿਲਾਂ ਦੇਣਗੇ ਔਰ ਉਸ ਤੋਂ ਬਾਅਦ PR ਕਨਫਰਮ ਕਰਨਗੇ। ਇਸੇ ਤਰ੍ਹਾਂ ਕੁਝ ਦੋ ਪ੍ਰੋਵਿੰਸਿਸ ਹੈਗੇ ਆ, ਇੱਕ ਨਿਊ ਬ੍ਰਾਂਸਵਿਕ ਅਤੇ ਇੱਕ ਪ੍ਰਿੰਸ ਐਡਵਰਡ ਆਈਲੈਂਡ, ਜਿਨ੍ਹਾਂ 'ਚ ਤੁਹਾਨੂੰ ਇਹ ਕੰਡੀਸ਼ਨ ਨਹੀਂ ਹੈ ਕਿ ਤੁਸੀਂ ਪਹਿਲਾਂ ਵਰਕ ਪਰਮਿਟ ਦਿਓ, ਪਰੂਫ ਕਰੋ, ਫਿਰ PR ਕਨਫਰਮ ਕਰਨਗੇ। ਇਹਦੇ 'ਚ ਤੁਹਾਨੂੰ ਡਾਇਰੈਕਟ PR ਦਿੰਦੇ ਆ। ਅੱਛਾ, ਸੋ ਪੂਰੀ ਫੈਮਿਲੀ ਨੂੰ ਤੁਸੀਂ PR ਡਾਇਰੈਕਟ PR ਲੈ। ਹਾਂਜੀ, ਜੇ ਤੁਸੀਂ ਇਹਨਾਂ ਦੀਆਂ ਕੰਡੀਸ਼ਨਸ ਫੁਲਫਿਲ ਕਰ ਲੈਂਦੇ ਹੋ, ਜਿਹਦੇ 'ਚ ਸਾਡਾ ਪੂਰਾ ਰੋਲ ਹੁੰਦਾ ਤੁਹਾਨੂੰ ਹੈਲਪ ਕਰਨ ਦਾ, ਉਹ ਕੰਡੀਸ਼ਨਸ ਫੁਲਫਿਲ ਕਰਾਉਣ ਦਾ। ਪਰ ਇਹਦੇ 'ਚ ਰਿਕੁਆਇਰਮੈਂਟਸ ਵੱਖਰੀਆਂ ਨੇ ਜੀ? ਹਾਂਜੀ, ਇਹਦੇ 'ਚ ਰਿਕੁਆਇਰਮੈਂਟਸ ਹੈ, ਇਹਦੇ 'ਚ ਐਜੂਕੇਸ਼ਨ ਦੀ, ਜਿਵੇਂ ਮੈਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਪੋਸਟ ਸੈਕੰਡਰੀ ਡਿਪਲੋਮਾ ਜਾਂ ਕੁਛ ਵੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਡਿਗਰੀ ਹੈ ਜਾਂ ਕੁਛ, ਇਹਦੇ 'ਚ ਤੁਹਾਨੂੰ ਸਿਰਫ ਹਾਈ ਸਕੂਲ ਚਾਹੀਦਾ। ਅੱਛਾ, ਆਇਲਸ ਦਾ ਜਿਹੜਾ ਹੈਗਾ ਬੈਂਡ ਸਕੋਰ ਬੈਂਡ 4 ਚਾਹੀਦਾ ਸਿਰਫ। ਹਾਂਜੀ, ਇਹਦੇ 'ਚ ਟੋਟਲ ਨੈਟਵਰਥ ਤੁਹਾਨੂੰ $600,000 ਦਿਖਾਉਣੀ ਹੈ, ਜਿਹੜੀ ਕਿ 6 ਲੱਖ ਨਹੀਂ, ਨੈਟਵਰਥ ਜਿਹੜੀ ਸ਼ੋਅ ਤੁਹਾਨੂੰ ਕਰਨੀ ਹੈਗੀ ਆ, ਇਹਦੇ 'ਚ $1.5 ਲੱਖ ਇਨਵੈਸਟ ਕਰਨਾ, ਮਗਰ ਇਹਦੇ 'ਚ ਗਵਰਨਮੈਂਟ ਦੇ ਇੱਕ ਐਸਕਰੋ ਅਕਾਊਂਟ ਵਿੱਚ ਤੁਹਾਨੂੰ$2 ਲੱਖ ਡਿਪੋਜ਼ਿਟ ਕਰਨਾ ਹੈ। ਅੱਛਾ, ਉਹ ਕਿੰਨੀ ਦੇਰ ਲਈ ਉੱਥੇ ਰਹਿੰਦਾ, ਕੁਛ ਹੈ ਜੀ ਇਹਦਾ ਕੋਈ ਟਰਮ ਕੰਡੀਸ਼ਨ ਇਸ ਤਰ੍ਹਾਂ ਦੀ? ਹਾਂਜੀ, ਇਹਦੀਆਂ ਇੱਕ ਟਰਮਸ ਕੰਡੀਸ਼ਨਸ ਇਹ ਹੁੰਦੀ ਹੈ ਕਿ ਗਵਰਨਮੈਂਟ ਦੇ ਨਾਲ ਜਿੱਦਾਂ ਵੀ ਤੁਸੀਂ ਕਮਿਟ ਕਰਦੇ ਹੋ ਉਹਦੇ ਅਕੋਰਡਿੰਗ ਉਹ ਫਿਰ ਇਹ ਤੁਹਾਨੂੰ ਵਾਪਸ ਕਰ ਦਿੰਦੇ ਆ। ਅੱਛਾ, ਪਰ ਇਹ $2 ਲੱਖ ਜਿਹੜਾ ਉੱਥੇ ਡਿਪੋਜ਼ਿਟ ਕਰਨਾ, ਰਿਫੰਡੇਬਲ ਹੁੰਦਾ ਜੀ। ਅੱਛਾ, ਤੇ ਇਹ ਬੇਸਿਕ ਹੈਗੀ ਹੈ, ਔਰ ਜਿਹੜਾ ਵੀ ਤੁਸੀਂ ਇੱਥੇ ਇਨਵੈਸਟ ਕਰਨਾ ਹੈ ਇਹਦੇ 'ਚ ਤੁਹਾਡਾ ਯਾਦ ਤਾਂ 100% ਸ਼ੇਅਰ ਹੋਣਾ ਚਾਹੀਦਾ ਜਾਂ ਮਿਨੀਮਮ 50%। 50% ਤੋਂ ਘੱਟ ਸ਼ੇਅਰ ਨੂੰ ਐਕਸੈਪਟ ਨਹੀਂ ਕਰਦੇ, ਨਹੀਂ ਕਰਦੇ। ਕਈਆਂ ਕਈਆਂ ਚੀਜ਼ਾਂ ਦਾ ਕਿ 51 ਤੁਹਾਡਾ ਹੋਵੇ, ਪਰ ਇੱਥੇ 50 ਨਾਲ ਹੀ ਚੱਲ ਜਾਣਾ, ਮਿਨੀਮਮ 50। ਇਹਦਾ ਮਤਲਬ ਕੋਈ ਚੱਲਦਾ ਬਿਜ਼ਨਸ ਦੇਖਿਆ ਜਾ ਸਕਦਾ ਜਿਹੜਾ ਚੰਗੇ $4 ਉੱਥੇ ਬਣਦੇ ਵੀ ਹੋਣ ਜੀ, ਤੇ ਉਹ ਜੇ ਇਨਵੈਸਟ ਤੁਸੀਂ $1.5 ਲੱਖ ਕਰ ਸਕਦੇ ਜੀ ਜੀ। ਇਹ ਦੋਵੇਂ ਪ੍ਰੋਵਿੰਸਸ ਦੇ ਵਿੱਚ ਸੇਮ ਹੀ ਹੈ ਜਾਂ ਵੱਖਰਾ ਵੱਖਰਾ ਹੈ? ਨਹੀਂ, ਇਹ ਵੱਖਰਾ ਵੱਖਰਾ ਹੈ। ਇਹ ਪ੍ਰਿੰਸ ਐਡਵਰਡ ਆਈਲੈਂਡ ਦੀ ਆਪਾਂ ਗੱਲ ਕੀਤੀ ਸੀ, ਜਿਹਨੂੰ ਆਪਾਂ PEI ਵੀ ਕਹਿ ਸਕਦੇ, ਅਤੇ ਦੂਸਰਾ ਪ੍ਰੋਵਿੰਸ ਹੈਗਾ ਨਿਊ ਬ੍ਰਾਂਸਵਿਕ। ਇਹਦੀ ਰਿਕੁਆਇਰਮੈਂਟ ਹੈਗੀ ਹੈ ਕਿ ਮਿਨੀਮਮ ਤੁਹਾਨੂੰ CLB ਲੈਵਲ 5 ਚਾਹੀਦਾ, ਥੋੜ੍ਹਾ ਜਾਪ ਹੈ, 4 ਸੀ ਯਾਦ ਰੱਖਿਓ, ਉੱਥੇ ਸਖਾਲਾ ਲੱਗਦਾ ਮੈਨੂੰ ਕੰਮ ਜੀ। ਹਾਂਜੀ, ਔਰ ਇਹਦੇ 'ਚ $6 ਲੱਖ ਤੁਹਾਨੂੰ ਨੈਟਵਰਕ ਸ਼ੋ ਕਰਨੀ ਹੈ, ਅਤੇ $3 ਲੱਖ ਜਿਹੜਾ ਲਿਕੁਇਡ ਹੋਣਾ ਚਾਹੀਦਾ ਤੁਹਾਡੇ ਕੋਲ ਇਨਵੈਸਟ ਕਰਨ ਵਾਸਤੇ। ਇੱਕ ਆਪਾਂ ਸ਼ੋਅ ਕਰ ਰਹੇ ਸੀਗੇ ਕਿ ਪਹਿਲਾਂ ਆਪਾਂ ਜਿਵੇਂ BC ਦੀ ਤੁਸੀਂ ਗੱਲ ਕਰ ਰਹੇ ਸੀਗੇ ਕਿ $3 ਲੱਖ ਜਾਂ $1 ਲੱਖ ਜਿਹੜਾ ਵੀ ਕਰਨਾ ਉਹ ਕਿੱਥੋਂ ਆਉਣਾ ਕੀ ਹੈਗਾ, ਉਹਦੇ 'ਚ ਉਹ ਪ੍ਰੋਪਰਟੀ ਵੀ ਵੇਚ ਕੇ ਤੁਸੀਂ ਪਾ ਸਕਦੇ ਹੋ ਜਾਂ ਜਿੱਦਾਂ ਵੀ ਤੁਸੀਂ ਕਰਨਾ ਤੁਸੀਂ ਸ਼ੋਅ ਕਰਨਾ ਇਹਦੇ 'ਚ, ਮਗਰ ਘੱਟੋ ਘੱਟ $3 ਲੱਖ 6 ਲੱਖ 'ਚੋਂ $3 ਲੱਖ ਤੁਹਾਡਾ ਲਿਕੁਇਡ ਹੋਣਾ ਚਾਹੀਦਾ, ਕਹਿਣ ਦਾ ਭਾਵ ਹੈ ਬੈਂਕ। ਹਾਂ, ਇਮੀਡੀਏਟ, ਹਾਂ ਇਮੀਡੀਏਟ ਤੁਸੀਂ ਇਨਵੈਸਟ ਕਰ ਸਕਦੇ ਹੋ ਜਿੱਦਾਂ ਬੈਂਕ 'ਚ ਹੋਏ। ਸੋ ਇਹਦਾ ਮਤਲਬ $3 ਲੱਖ ਤੁਸੀਂ ਜਿਹੜਾ ਇਨਵੈਸਟ ਕਰ ਲਿਆ ਉਹ ਤੁਹਾਡੀ ਇੱਥੇ ਵੀ ਪ੍ਰੋਪਰਟੀ ਇਵੈਂਚੁਅਲੀ ਬਣ ਗਈ ਹੈ। ਬਿਲਕੁਲ, ਤੇ ਉਹ ਇਹ ਨਹੀਂ ਕਿ ਬੈਂਕ ਦੇ ਵਿੱਚ $2 ਲੱਖ $4 ਲੱਖ ਤੁਹਾਨੂੰ ਡਿਪੋਜ਼ਿਟ ਕਰਕੇ ਰੱਖਣ ਦੀ ਜ਼ਰੂਰਤ ਨਹੀਂ ਜੀ। ਸੋ ਇਹ ਵੀ PR ਤੱਕ ਲੈ ਕੇ ਜਾਂਦਾ ਜੀ, ਇਹ ਵੀ ਤੁਹਾਨੂੰ PR ਤੱਕ ਲੈ ਕੇ ਜਾਂਦਾ। ਸੋ ਇਹਨਾਂ ਦੇ ਪ੍ਰੋਸੈਸਿੰਗ ਟਾਈਮ 'ਚ ਫਰਕ ਹੈ ਜੀ? ਇਹਨਾਂ ਦੀ ਰਿਕੁਆਇਰਮੈਂਟਸ ਹੈ, ਪ੍ਰੋਸੈਸਿੰਗ ਟਾਈਮ ਅਪਰੋਕਸੀਮੇਟਲੀ ਕਿਸੇ ਵੀ PR ਪ੍ਰੋਗਰਾਮ 'ਚ ਘੱਟੋ ਘੱਟ ਮਿਨੀਮਮ 1 ਈਅਰ ਲੱਗਦਾ ਹੀ ਲੱਗਦਾ, ਬਾਕੀ ਡਿਪੈਂਡ ਕਰਦਾ ਕਿ ਕਿੰਨੀਆਂ ਰਿਕੁਆਇਰਮੈਂਟਸ ਕਦੋਂ ਤੱਕ ਆਪਾਂ ਫਿਲਫਿਲ ਕਰ ਰਹੇ ਹਾਂ ਔਰ ਉਹਦੇ ਅਕੋਰਡਿੰਗ ਹੈਗਾ। ਮਿਨੀਮਮ ਔਨ ਐਨ ਐਵਰੇਜ 1.5 ਸਾਲ ਦਾ ਤੁਹਾਨੂੰ PR ਦਾ ਪ੍ਰੋਗਰਾਮ। ਵਿਰਕ ਸਾਹਿਬ, ਤੁਹਾਡੇ ਕੋਲ ਕੋਈ ਵੀ ਇਨਵੈਸਟਰ ਹੈ ਜੀ ਜੀ, ਉਹਦੇ ਕੋਲ ਕਿਸੇ ਕੋਲ ਹਾਫ ਮਿਲੀਅਨ ਹੈ, ਕਿਸੇ ਕੋਲ $1 ਮਿਲੀਅਨ ਹੈ, ਉਹ ਤੁਸੀਂ ਕਿਵੇਂ ਦੇਖਦੇ ਹੋ ਕਿ ਇਹਨੂੰ PEI 'ਚ ਦੇਖਿਆ ਜਾਵੇ, ਇਹਨੂੰ ਨਿਊ ਬਰਨਸਵਿਕ 'ਚ ਦੇਖਿਆ ਜਾਵੇ, ਇਹਨੂੰ BC 'ਚ ਲਿਆਂਦਾ ਜਾਵੇ, ਉਹ ਕਿਵੇਂ ਕਰਦੇ ਹੋ? ਇਹ ਬੋਥ ਵੇ ਚੱਲਦਾ ਜੀ, ਦੋਨਾਂ ਦੇ ਰਾਏ ਦੇ ਨਾਲ ਹੀ ਹੁੰਦਾ ਜੀ। ਅਸੀਂ ਆਪਣੇ ਪੁਆਇੰਟ ਆਫ ਵਿਊ ਦੱਸਦੇ ਹਾਂ। ਅੱਛਾ, ਏਰੀਆ ਵਾਈਜ਼, ਪ੍ਰੋਵਿੰਸ ਵਾਈਜ਼, ਔਰ ਸਾਈਮਲਟੇਨੀਅਸਲੀ ਕਲਾਇੰਟ ਨੂੰ ਵੀ ਅਸੀਂ ਓਪਰਚੁਨਿਟੀ ਦਿੰਦੇ ਹਾਂ ਕਿ ਜੇ ਉਹਦਾ ਕੋਈ ਵਿਊ ਪੁਆਇੰਟ ਹੈਗਾ ਇਹਦੇ ਵਿੱਚ, ਕਿਉਂਕਿ ਅਸੀਂ ਫੋਰਸ ਨਹੀਂ ਕਰਨਾ ਚਾਹੁੰਦੇ ਵੀ ਤੂੰ ਇੱਥੇ ਆ ਜਾ ਅਤੇ ਇੱਥੇ ਇਨਵੈਸਟ ਕਰ, ਉਹਦੀ ਚੋਇਸ ਵੀ ਦੇਖਦੇ ਹਾਂ ਉਹਦੇ ਮੁਤਾਬਕ ਕਿੱਥੇ ਉਹ ਕਨਵੀਨੀਅੰਟ ਹੈ, ਕਿਉਂਕਿ ਨੌਲੇਜ ਉਹਨੂੰ ਵੀ ਹੁੰਦੀ ਹੈ ਜਿਹੜਾ ਵੀ ਕਲਾਇੰਟ ਇਸ ਲੈਵਲ 'ਤੇ ਪਲੈਨ ਕਰਦਾ ਵਾ,
ਅਤੇ ਉਹਦੇ ਰਾਏ ਦੇ ਨਾਲ ਹੀ ਅਸੀਂ ਟਰਾਈ ਕਰਦੇ ਹਾਂ। ਲੇਕਿਨ ਕੋਸ਼ਿਸ਼ ਸਾਡੀ ਇਹੀ ਹੁੰਦੀ ਹੈ ਕਿ ਬੈਟਰ ਜਿੱਥੇ ਓਪਰਚੁਨਿਟੀਜ਼ ਪ੍ਰਵੇਲ ਕਰਦੀਆਂ ਨੇ, ਜਿੱਥੇ ਸਾਰੀ ਫੈਮਿਲੀ ਨੂੰ ਨੋ ਡਾਊਟ ਕੈਨੇਡਾ ਓਵਰਆਲ ਸਾਰਾ ਇੱਕੋ ਜਿਹਾ ਹੀ ਆ ਲੈਵਲ ਆਫ ਲਿਵਿੰਗ ਦੇ ਵਿੱਚ ਲੈ ਲਈਏ, ਕੰਡੀਸ਼ਨ 'ਚ ਲੈ ਲਈਏ ਲਿਵਿੰਗ ਦੀਆਂ, ਲੇਕਿਨ ਫਿਰ ਵੀ ਕਈ ਬੈਟਰ ਪ੍ਰੋਵਿੰਸ ਜਿੱਥੇ ਓਪਰਚੁਨਿਟੀਜ਼ ਜ਼ਿਆਦਾ ਵਾ, ਅਸੀਂ ਪਹਿਲਾਂ ਉਹਨਾਂ ਨੂੰ ਉਹੀ ਦੱਸਦੇ ਹਾਂ। ਬਾਕੀ ਡਿਪੈਂਡ ਕਰਦਾ ਬੰਦੇ ਦੀ ਸੋਚ ਦੇ ਉੱਪਰ ਕਿ ਉਹ ਕਿੱਥੇ ਜਾ, ਫੈਮਿਲੀ ਟਾਈਜ਼, ਫੈਮਿਲੀ ਬਿਲਕੁਲ, ਕਈਆਂ ਦਾ ਇਹ ਵੀ ਹੁੰਦਾ ਬਹੁਤ ਵੱਡਾ ਫੈਕਟਰ ਹੈ। ਬਾਕੀ ਜਿੱਥੇ ਜਿੰਨੀਆਂ ਰਿਕੁਆਇਰਮੈਂਟ ਜਿੱਥੇ ਫਿੱਟ ਹੁੰਦੀਆਂ ਨੇ, ਉਹ ਤੁਸੀਂ ਬੈਟਰ ਦੱਸਦੇ ਹੋ ਕਿ ਤੁਹਾਡੇ ਵਾਸਤੇ ਇੱਥੇ ਚਾਂਸਸ ਹਨ। ਹਾਂਜੀ, ਹਰ ਪ੍ਰੋਫਾਈਲ ਅਸੀਂ ਇਵੈਲੂਏਟ ਕਰਕੇ ਉਹਦੀ ਅਸੈਸਮੈਂਟ ਕਰਨ ਤੋਂ ਬਾਅਦ ਉਹਨੂੰ ਦੱਸ ਦਈਦਾ ਕਿ ਕਿੱਥੇ ਕਿੱਥੇ ਤੁਹਾਡੀ ਪ੍ਰੋਬੇਬਿਲਿਟੀ ਹੈਗੀ ਹੈ ਜਿਹਨੂੰ ਤੁਸੀਂ ਫੁਲਫਿਲ ਅਕੋਰਡਿੰਗ ਟੂ ਦੇਅਰ ਸਰਕਮਸਟਾਂਸਿਸ, ਫਾਈਨੈਂਸ਼ੀਅਲਸ, ਐਜੂਕੇਸ਼ਨ, ਆਇਲਸ, ਉਹ ਸਾਰਾ ਕੁਝ ਚੈੱਕ ਕਰਕੇ ਉਹਦੇ ਅਕੋਰਡਿੰਗ ਉਹਨਾਂ ਨੂੰ ਅਸੀਂ ਇਨਫੋਰਮੇਸ਼ਨ ਦੇ ਦਿੰਦੇ ਹਾਂ। ਅਵਿਨਾਸ਼ ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਪ੍ਰਿੰਸ ਐਡਵਰਡ ਆਈਲੈਂਡ ਦੀ ਗੱਲ ਕੀਤੀ ਹੈ, ਨਿਊ ਬਰਨਸਵਿਕ ਦੀ ਗੱਲ ਕੀਤੀ ਹੈ, ਪਹਿਲਾਂ ਆਪਾਂ ਬੀ ਸੀ ਦੀ ਗੱਲ ਕਰ ਰਹੇ ਸੀ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਇਨਵੈਸਟਰ ਪ੍ਰੋਗਰਾਮ ਹੈ ਜੀ? ਹਾਂਜੀ, ਹਰ ਪ੍ਰੋਵਿੰਸ ਦਾ ਜਿਵੇਂ ਆਪਾਂ ਡਿਸਕਸ ਕੀਤਾ ਕਿ ਇਨਵੈਸਟਰ ਪ੍ਰੋਗਰਾਮ ਹੈ, ਸਸਕੈਚੁਅਨ ਦਾ, ਮੈਨੀਟੋਬਾ ਦਾ, ਨੋਵਾ ਸਕੋਸ਼ੀਆ ਦਾ, ਕਿਊਬੈਕ ਦਾ, ਹਰ ਇੱਕ ਦਾ ਹੈਗਾ, ਅਤੇ ਬਟ ਹਰ ਇੱਕ ਦੀ ਰਿਕੁਆਇਰਮੈਂਟਸ ਡਿਫਰੈਂਟ ਹੈਗੀਆਂ ਨੇ, ਆਇਲਸ ਦੀਆਂ, ਇਨਵੈਸਟਰ ਕੈਟ ਇਨਵੈਸਟਮੈਂਟ ਦੀਆਂ, ਐਜੂਕੇਸ਼ਨ ਦੀਆਂ, ਐਕਸਪੀਰੀਅੰਸ ਦੀਆਂ, ਹਰ ਇੱਕ ਦੇ ਪੁਆਇੰਟਸ ਫੈਕਟਰ ਡਿਫਰੈਂਟ ਹੈਗੇ ਜਿਹਨੂੰ। ਪਰ ਕਈਆਂ ਥਾਵਾਂ 'ਤੇ ਇਹ ਹੁੰਦਾ, ਮੈਂ ਵੇਖਿਆ ਜਿਵੇਂ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਮੈਨੂੰ ਬਹੁਤ ਸਾਰੇ ਜਾਣਨ ਵਾਲੇ ਨੇ ਜਿਹੜੇ ਕਹਿੰਦੇ ਨੇ ਅਸੀਂ ਉਹਨੂੰ ਤਰਜੀਹ ਦਿੰਦੇ ਹਾਂ ਕਿਉਂਕਿ ਉੱਥੇ ਸੁਖਾਲਾ ਹੋ ਜਾਂਦਾ ਜੀ ਕੰਮ, ਉਹ ਇਹ ਸੱਚਾਈ ਹੈ ਜੀ ਇਸ ਗੱਲ 'ਚ? ਕੁਛ ਇੱਕ ਥਾਵਾਂ ਦੇ ਉੱਤੇ ਕੈਨੇਡਾ ਗੌਰਮੈਂਟ ਵੀ ਸ਼ਾਇਦ ਚਾਹੁੰਦੀ ਹੈ ਕਿ ਉਹਨਾਂ ਥਾਵਾਂ ਦੇ ਉੱਤੇ ਲੋਕ ਮੋਸਟਲੀ ਜਾਣ, ਬਜਾਏ ਇਸ ਦੀ ਕਿ ਕੋਈ ਓਂਟੇਰੀਓ 'ਚ ਆ ਰਿਹਾ ਜਾਂ ਕੋਈ ਬੀ ਸੀ 'ਚ ਆ ਰਿਹਾ, ਕੋਈ ਹੈ ਜੀ ਇਸ ਤਰ੍ਹਾਂ ਦਾ? ਜਿਹੜੇ ਪ੍ਰੋਗਰਾਮ ਹੈ ਹਰ ਪ੍ਰੋਵਿੰਸ ਨੇ ਆਪਣੀ ਇੱਕ ਨੀਡ ਦੇ ਅਕੋਰਡਿੰਗ ਰੱਖਿਆ ਹੋਇਆ ਕਿ ਉਹਨਾਂ ਨੂੰ ਇਸ ਚੀਜ਼ ਦੀ ਨੀਡ ਹੈਗੀ ਹੈ, ਉਹਦੇ ਅਕੋਰਡਿੰਗ ਉਹਨਾਂ ਨੇ ਆਪਣਾ ਪ੍ਰੋਗਰਾਮ ਸੈਟਅਪ ਕੀਤਾ ਹੋਇਆ। ਸੋ ਜਿੱਥੇ ਨੀਡ ਜ਼ਿਆਦਾ ਹੈਗੀ ਹੈ ਉਹਨੂੰ ਉਹਨਾਂ ਨੂੰ ਓਪਰਚੁਨਿਟੀਜ਼ ਉਸ ਹਿਸਾਬ ਨਾਲ ਅਵੇਲ ਕਰਦੇ ਆ ਅਤੇ ਉਸ ਪ੍ਰੋਸੀਡ ਕਰਦੇ ਆ। ਅਤੇ ਜਿਵੇਂ ਓਨਟਾਰੀਓ ਦਾ ਪ੍ਰੋਗਰਾਮ ਬਹੁਤ ਜ਼ਿਆਦਾ ਕੋਸਟਲੀ ਆ, ਆਲਮੋਸਟ ਆਏ ਮਤਲਬ ਮੋਰ ਦੈਨ ਮਿਲੀਅਨ ਡਾਲਰ। ਯਾ ਸਸਕੈਚੁਅਨ ਦੀ ਗੱਲ ਤੁਸੀਂ ਆਈ ਥਿੰਕ ਕਰ ਲੱਗੇ ਸੀ, ਸਸਕੈਚੁਅਨ ਦੇ ਵਿੱਚ ਕਿਵੇਂ? ਸਸਕੈਚੁਅਨ 'ਚ ਇੱਕ ਓਪਨ ਪ੍ਰੋਗਰਾਮ ਵੀ ਹੈ ਅਤੇ ਇੱਕ ਇਨਵੈਸਟਰ ਫਾਰਮ ਇਨਵੈਸਟਰ ਵੀ ਹੈਗਾ, ਉਹਦੇ 'ਚ ਤੁਹਾਨੂੰ ਟੋਟਲ ਨੈਟਵਰਕ ਜਿਹੜੀ ਹੈਗੀ ਹੈ $500,000 ਦਿਖਾਉਣੀ ਹੈ, $500,000, ਔਰ ਜਿਹੜੀ ਮਿਨੀਮਮ ਇਨਵੈਸਟਮੈਂਟ ਰਿਕੁਆਇਰਮੈਂਟ ਹੈ ਉਹਦੀ $300,000 ਹੈਗੀ ਆ। ਠੀਕ ਹੈ ਨਾ, ਉਹ ਨਵੇਂ ਬਿਜ਼ਨਸ ਜਾਂ ਐਗਜ਼ਿਸਟਿੰਗ ਬਿਜ਼ਨਸ ਕਿਸੇ 'ਚ ਵੀ ਇਨਵੈਸਟ ਕਰ ਸਕਦੇ ਹੈਗੇ ਆ, ਔਰ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਔਰ ਵਿਜ਼ਿਟ ਚਾਹੀਦੀ ਹੈ ਸਸਕੈਚੁਅਨ 'ਚ, ਔਰ ਆਇਲਸ ਦੀ ਐਸ ਸੱਚ ਰਿਕੁਆਇਰਮੈਂਟ ਨਹੀਂ ਹੈ। ਕਿਉਂਕਿ ਐਕਚੁਅਲੀ ਜਦੋਂ ਮੈਨੂੰ ਵੀ ਮੈਨੂੰ ਹੁੰਦਾ ਦੱਸਿਆ ਹੁੰਦਾ ਕਿ ਅਸੀਂ ਕਿਸੇ ਇਮੀਗ੍ਰੇਸ਼ਨ ਦੇ ਮਾਹਰ ਵਿਅਕਤੀ ਨਾਲ ਇੰਟਰਵਿਊ ਕਰਨੀ ਹੈ, ਮੋਸਟਲੀ ਬਹੁਤ ਸਾਰੇ ਸਾਡੇ ਭੈਣ ਭਰਾਵਾਂ ਦਾ ਆਉਂਦਾ ਕਿ ਯਾਰ ਇਸ ਤਰ੍ਹਾਂ ਦੀ ਕੋਈ ਕੈਟਾਗਰੀ ਦੱਸੋ ਜਿਹਦੇ 'ਚ ਇੰਗਲਿਸ਼ ਵਾਲਾ ਫਾਹਾ ਨਾ ਹੋਵੇ, ਇਹ ਪੰਗਾ ਨਾ ਹੋਵੇ। ਮਗਰ ਇੱਕ ਚੀਜ਼ ਹੈਗੀ ਹੈ ਕਿਉਂਕਿ ਫਿਰ ਵੀ ਅੱਜ ਦੀ ਡੇਟ 'ਚ 90% ਜਿਹੜੇ ਪ੍ਰੋਗਰਾਮਸ ਹੈ ਉਹਦੀ ਆਇਲਸ ਦੀ ਰਿਕੁਆਇਰਮੈਂਟ ਹੈਗੀ ਆ, ਕਿਉਂਕਿ ਐਜ ਸੱਚ ਕੰਪਲਸਰੀ ਨਹੀਂ ਹੈ ਕਿ ਆਇਲਸ ਕਰਨਾ। ਜਿਵੇਂ ਆਪਾਂ ਬੀ ਸੀ ਰੀਜਨਲ ਪਾਇਲਟ ਦੀ ਕੀ ਸੀ ਕਿ ਆਇਲਸ ਦੀ ਰਿਕੁਆਇਰਮੈਂਟ ਹੈਗੀ ਹੈ, ਵਿਦਆਊਟ ਉਹਦੇ ਕਰ ਨਹੀਂ ਸਕਦੇ। ਹੁਣ ਸਸਕੈਚੁਅਨ ਵਿੱਚ ਤੁਹਾਡਾ ਪੁਆਇੰਟਸ ਇੱਕ ਫੈਕਟਰ ਆ, ਜੇ ਤੁਸੀਂ ਪੁਆਇੰਟਸ ਇੰਨੇ ਕੁ ਲੈਣੇ ਹੈਗੇ ਆ ਫਿਰ ਤੁਹਾਨੂੰ ਆਇਲਸ ਮੇ ਬੀ ਔਰ ਮੇ ਨਾਟ ਬੀ ਕਵਰ ਕਰ ਸਕਦੇ ਹੋ, ਕਰ ਨਹੀਂ ਉਹੀ ਮਰਾਉਗੀ ਫਿਰ। ਹਾਂਜੀ ਹਾਂਜੀ, ਸੋ ਉਹਦੇ ਰਿਕੁਆਇਰਮੈਂਟ ਦੇ ਅਕੋਰਡਿੰਗ ਹੈਗਾ ਕਿ ਕਿੱਥੇ ਆਇਲਸ ਰਿਕੁਆਇਰਡ ਹੈ ਕਿੱਥੇ ਨਹੀਂ ਹੈ, ਤੁਹਾਡਾ ਕੀ ਲੈਵਲ, ਹੋਰ ਕਿਸੇ ਪਾਸੋਂ ਸੋਲਿਡ ਹੋ ਤੁਸੀਂ, ਤੁਹਾਡੇ ਹੋਰ ਪਾਸਿਓਂ ਪੁਆਇੰਟ ਫਿਰ ਓਵਰਰੂਲ ਹੋ ਸਕਦਾ, ਫਿਰ ਇਹ ਫਿਰ ਇੰਗਲਿਸ਼ ਵਾਲਾ ਤੁਸੀਂ ਜਿਹੜਾ ਹੈਗਾ ਖਾਣਾ ਓਵਰਰੂਲ ਛੱਡਿਆ ਜਾ ਸਕਦਾ, ਜੀ ਜੀ ਅਦਰਵਾਈਜ਼ ਤੁਹਾਨੂੰ ਹੈਲਪਫੁਲ ਹੈ। ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਅਵਿਨਾਸ਼ ਜੀ, ਇਹ ਫਾਰਮਿੰਗ ਦਾ ਥੋੜਾ ਦੱਸੋ ਜੀ। ਹਾਂਜੀ, ਫਾਰਮਿੰਗ ਦੇ 2 ਪ੍ਰੋਵਿੰਸ ਨੂੰ ਬਹੁਤ ਟਾਰਗੇਟ ਕੀਤਾ ਹੈਗਾ, 2-3 ਪ੍ਰੋਵਿੰਸਸ ਨੂੰ, ਅਤੇ ਆਪਾਂ ਗੱਲ ਸ਼ੁਰੂ ਕਰਦੇ ਹਾਂ ਅਲਬਰਟਾ 'ਤੇ, ਅਤੇ ਜਿਹੜੀ ਇੱਕ ਫਾਰਮਰ ਸਟਰੀਮ 'ਚ ਹੈਗੇ, ਇਹਦੇ 'ਚ ਤੁਹਾਨੂੰ ਘੱਟੋ ਘੱਟ ਇਨਵੈਸਟਮੈਂਟ ਜਿਹੜੀ ਨੈਟਵਰਕ ਸ਼ੋ ਕਰਨੀ ਹੈ ਉਹ $500,000 ਹੈ, ਔਰ ਜਿਹੜਾ ਇਨਵੈਸਟ ਵੀ ਕਰਨਾ ਉਹ ਵੀ $500,000 ਹੈ। ਸੋ ਅਪਰੋਕਸੀਮੇਟਲੀ ਤੁਸੀਂ ਕਹਿ ਸਕਦੇ ਹੋ 2.5 ਕਰੋੜ ਦੇ ਕਰੀਬ ਅਪਰੋਕਸ ਉਹਦੇ ਵਾਸਤੇ ਇਨਵੈਸਟਮੈਂਟ ਵੀ ਫਿਰ ਉਹਨਾਂ ਨੇ ਉਸ ਹਿਸਾਬ ਨਾਲ ਹੀ ਰੱਖੀ ਹੈ। ਜੇ ਤਾਂ ਬਾਕੀ ਜੇ 6 ਲੱਖ ਨੈਟਵਰਕ ਆ ਤੁਸੀਂ 1.5-2 ਲੱਖ ਨਾ ਕਰ ਸਕਦੇ, ਹਾਂ ਫਾਰਮਿੰਗ ਦੇ ਵਿੱਚ ਉਹ ਫਿਰ ਉਹ ਪੂਰਾ ਉਸ ਹਿਸਾਬ ਨਾਲ ਉਹਨਾਂ ਨੇ ਪਲਾਨ ਦਿੱਤਾ ਜਿਹੜਾ ਅਵਿਨਾਸ਼ ਜੀ ਦੱਸ ਰਹੇ ਆ, ਪਲੀਜ਼ ਕਰਿਓ। ਹਾਂਜੀ, ਔਰ ਇਹਦੇ 'ਚ ਤੁਹਾਡੇ ਕੋਲ ਫਾਰਮ ਮੈਨੇਜਮੈਂਟ ਦਾ ਐਕਸਪੀਰੀਅੰਸ ਜ਼ਰੂਰੀ ਹੈ, ਉਹ ਤਾਂ ਮੈਨੂੰ ਲੱਗਦਾ ਹਰੇਕ ਪੰਜਾਬੀ ਨੂੰ ਹੈਗਾ ਜੀ।
हाँ जी तो जी एदी चे पी आर या वर्क परमिट है जो तुम प्रोविंस की नॉमीनेशन मिल जाती है तो दोनों ले सकते हो वर्क परमिट भी कर सकते हो उस वे फाइल नाल ही लग जाती है इतने आने तो बाद लगेगी। हाँ जी नहीं जो ताड़ी फाइल नाल ही लग जाए नॉमीनेशन होगी दैट मीनस साड़ा एक पी आर का प्रोसैस चलता रहेगा बस उस नॉमीनेशन के बेस से तुम वर्क परमिट भी ले सकते हो राइट तो ये कनेडियन फाइनैशियल इंस्टीट्यूशन भी सपोर्ट कर सकती हैं तुम लोन भी कर सकते हैं। हाँ जी ये तुसी जो जिहड़ियां फाइनैशियल इंस्टीट्यूशन दियां रिक्वायरमेंट्स हैगियां ने वह जो तुम फुलफिल कर दे तो तुहानू उत्थों सपोर्ट भी मिल सकती है। किन्ने क तक लोन मिल सकदा किन्ने क बंदे दे कोल होण जी पैसे सर ये बैंकिंग दा अपना एक पॉलिसीज है जिन्हों चैक करते हैं बट हाँ वो क्राइटीरिया तुहानू फुलफिल करना पैंदा बट एटलीस्ट 50-60% तुहाडे कोल होना चाहिए अलबर्टा की गल कर रहे हो जिम्मे कि मैं तुम्हें पहला दसिया कि यदि नैटवर्थ भी तुम घट्टो घट 500,000 डॉलर 5 लाख डॉलर दिखाने पैनी है तो इनवैसट भी ऑलमोस्ट उन्ना करना पैन जी। इस तो अलावा भी किसी होर किसी प्रोविंस का है जी इस तरह? हाँ जी एक सस्कैचवन का हैगा जिहड़ा जिहदे च भी तुम घट्टो घट मिनीम नैटवर्थ जी है 500,000 डॉलर 500,000 तुहानू शो करनी है मगर जिहड़ी मिनिमम इनवैसटमेंट की रिक्वायरमेंट है वो 1.5-2 लाख डॉलर हैगी है। समेत फैमिली? हाँ जी हाँ जी बिल्कुल ये फैमिली तुहाडे नाल 22 साल तो छोटे जिहड़े हैगे आ और सेम कंडीशनज है उन्हां दी एजुकेशन फ्री हैगी है। नहीं ये आयल्स तो नहीं है मगर ये एक जरूर हैगा कि तुहानू गवर्नमेंट नू 75,000 डॉलर डिपोजिट करना पैंदा। अच्छा जे तुसी ओदियां टर्म्स एंड कंडीशनस गुड फिट डिपॉजिट उन्हों कहंदे आ जे ओदियां तुसी टर्म्स एंड कंडीशनस फुलफिल कर देंदे हो विद इन 2 ईयर्स वो रिफंडेबल है। अच्छा। जे नहीं करदे ते वो गवर्नमेंट सीज कर लैंदी आ। मेरे ख्याल से कोई पंजाबी 50,000 डॉलर जान दे उम्मीद क्योंकि उन्होंने नाल रिलेटेड है जी क्योंकि ये कैटेगरी से आ ही फार्मर सकते हैं जी वो जिन्हों का पुश्ती मैं समझता वहाँ कि एक्सपीरियंस हों एक्सपीरियंस और वो चीज़ों थोड़ा जहा एक मॉडर्न वे दे इतने आकर उन्होंने अप्लाई करना वा और सपोर्ट हैगी है बहुत वधिया इतने लोकल कम्यूनिटी सपोर्ट करती है तुहानूं तो वो करके मेरा नहीं ख्याल है कोई भी जे तू क्वालीफाई करेगा तो पूरा नहीं कर पाएगा। अविनाश जी एक पिछे जो प्रोग्राम सुनने आया कि BC सरकार ने भी कोई इस तरह का कोई फार्मिंग का कोई पायलट प्रोजेक्ट या शायद फैडरल का ही है शायद जी आई मे बी रोंग कि फैडरल का ही कोई इस तरह का प्रोग्राम है कि फार्मिंग जोड़े फार्मिंग करते हैं फार्मर ने वो भी कैनेडा आ सकते हैं तो PR के तौर पर आने कोई इस तरह का है जी पायलट प्रोजेक्ट जी वो यह हैगा कि वर्क परमिट कुछ जिमें बहुत सारी प्रोविंसिस है जिद फार्मिंग फार्म वर्कर एज अ वर्क परमिट से आते हो तो PR नहीं अप्लाई कर सकते हो सो उदे चे गवर्नमेंट ने नैक्सट ईयर जिहड़ा उन्हों ओपन करना है कि तुसी उदे चे PR ले सकते हो वो सर्टन कैटेगरीज हैगियां फार्मिंग दियां ऑरगैनिक फार्मिंग दियां जिदे चे तुसी जी उदे चे ताड़ा वर्क परमिट हुंदा है सो आफ्टर 2 ईयर्स यू आर एलिजिबल टू अप्लाई फॉर PR विद फैमिली। ये मेरे ख्याल दे विच काफ़ी पहला नालों बैटर होएगा जी बैटर हो काफ़ी सुधार होए ने। हाँ क्योंकि फार्मर हमेशा ये जिहड़े भी फार्म वर्कर इत्थे आंदे आ जां फार्म सुपरवाइजर इत्थे आए आ वो बंदिश रह जाते हैं जी उन्होंने अगे ओपनिंग नहीं मिलती PR लैन की ये गवर्नमेंट का बड़ा वधिया एक उपराला वा जिहड़ा इन्हां स्पैसीफिक कैटेगरी दे विच जिहड़े इनडोर फार्मिंग आ ऑरगैनिक फार्मिंग आ स्पैसीफाइड जिहड़ियां किते दे विच जिहड़ियां फार्मिंग हैगियां ने उन्हां नूं अगे लैके जिहड़े आ रहे ने उन्होंने एक्सपीरियंस वाले बंद चाहिए ने ताकि इतने वो चीज़ें डिवेलप हो सकन। बिरख साहब कई मैं देखा साढ़े दर्शक भी होंगे ने जिन्हें तुम उन्होंने रूबरी नहीं होंगे सामने बैठ के गलबात नहीं करते कई बार उन्होंने तसली नहीं होंगी हो सकता हूँ बहुत सारे सवाल मैं दर्शकों के पक्षों तुम्हें पूछ रहे हैं जी जी पर चाहते हैं कि बिरख साहब साढ़े सामने बैठे हो अविनाश जी साढ़े सामने हो फिर असी गल करिए जो बहुत सारा टोकरा भर के सवालों का लियाए होंगे ने जी जी तो फिर जब थोड़े ना वन बाई वन गल कर लेंगे तसली हो जाती है फिर वो कहते हैं हाँ हूँ सकाला कोई इस तरह का कोई उपराला कर लगे हो या नहीं? असी प्रोबेबली फस्ट वीक ऑफ सपटेंबर से असी एक चंडीगढ़ और दिल्ली के सैमीनार या मीटिंग अटेंड कर प्लैन करन रहे हैं 1-to-1 क्लाइंट के नाल वो टोटली फोकस जी ऑन इनवैसटर कैटेगरी के अजय
ਵੀ ਜਿਹੜਾ ਵੀ ਬੰਦਾ ਇਸ ਇਨਵੈਸਟਰ ਕੈਟਾਗਰੀ ਨੂੰ ਆਪਟ ਕਰਨਾ ਚਾਹੁੰਦਾ ਵਾ, ਕਿਉਂਕਿ ਇਹਦਾ ਉੱਥੇ ਜ਼ਿਆਦਾ ਲੋਕਾਂ ਨੇ ਐਕਸਪਲੋਰ ਨਹੀਂ ਕੀਤਾ, ਲੋਕਲ ਕੰਸਲਟੈਂਟ ਨੇ ਵੀ। ਅਸੀਂ ਇਹਨਾਂ ਨੂੰ ਇੱਕ ਵਧੀਆ ਤਰੀਕੇ ਨਾਲ ਐਕਸਪਲੇਨ ਕਰਕੇ ਜਿੰਨੀ ਵੀ ਨੈਟਵਰਕ ਚਾਹੀਦੀ ਆ, ਜੋ ਵੀ ਉਹਦੇ ਅੱਗੇ ਉਪਰਾਲੇ ਹੈਗੇ ਆ ਬੰਦਿਆਂ ਨੂੰ ਸਰਟੀਫਾਈ ਕਰਾਉਣ ਵਾਸਤੇ ਕਿ ਇੱਥੇ ਕੰਮ ਕਰ ਸਕਣ, ਆ ਕੇ ਅਪਲਾਈ ਕਰ ਸਕਣ, ਉਹਦੇ ਵਾਸਤੇ ਅਸੀਂ ਮੈਨ ਟੂ ਮੈਨ ਇੱਕ ਮੀਟਿੰਗ ਅਰੇਂਜ ਕਰਦੇ ਹਾਂ। ਪ੍ਰੋਬੇਬਲੀ ਇਨ ਦਾ ਫਸਟ ਵੀਕ ਆਫ ਸਪਟੈਂਬਰ ਦੇ ਵਿੱਚ ਅਸੀਂ ਆ ਚੰਡੀਗੜ੍ਹ, ਹਾਂ ਚੰਡੀਗੜ੍ਹ ਦਿੱਲੀ, ਡੇਟ ਅਤੇ ਵੈਨਿਊ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ, ਉਹ ਤੁਹਾਡੇ ਹੀ ਚੈਨਲ 'ਤੇ ਅਸੀਂ ਉਹਨਾਂ ਨੂੰ ਅਨਾਊਂਸ ਵੀ ਕਰਾਂਗੇ, ਆਉਣ ਵਾਲੇ ਪ੍ਰੋਗਰਾਮਾਂ 'ਚ ਦੱਸਾਂਗੇ। ਪਰ ਇਹ ਦੱਸੋ ਜੇ ਹੁਣ ਪੰਜਾਬ ਜਾ ਕੇ ਮੰਨ ਲਓ ਕੋਈ ਉਹ ਪ੍ਰੋਗਰਾਮ ਦੇਖਣਾ ਮਿਸ ਵੀ ਕਰ ਗਿਆ, ਤੁਹਾਨੂੰ ਕਿੱਥੇ ਅਤੇ ਕਿਵੇਂ ਸੰਪਰਕ ਕਰੇ, ਕਿ ਉਸ ਦਾ ਸੰਪਰਕ ਨੰਬਰ ਹੈ ਜੀ ਪੰਜਾਬ ਦਾ? ਪੰਜਾਬ ਦੇ ਵਿੱਚ ਸਾਡਾ ਕੋਂਟੈਕਟ ਨੰਬਰ ਡਿਟੇਲ ਸਾਰੀਆਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਜੀ ਉਸ ਟਾਈਮ ਦੇ ਉੱਪਰ। ਔਰ ਫਿਲਹਾਲ ਤਾਂ ਅਸੀਂ ਇੱਥੋਂ ਦੇ ਨੰਬਰ 'ਤੇ ਸਾਡਾ ਵਟਸਐਪ ਚੱਲਦੇ ਆ, ਉਹਨਾਂ 'ਤੇ ਅਸੀਂ ਕੰਟੈਕਟ ਕਰ ਸਕਦੇ ਜੀ ਅੱਜ ਵੀ ਕਿਸੇ ਨੇ ਗੱਲ ਕਰਨੀ ਹੈ। ਉਹ ਹੈਗਾ 6483683211 ਅਤੇ ਅਵਿਨਾਸ਼ ਜੀ ਦਾ ਨੰਬਰ ਆ 7789031243। ਤੁਸੀਂ ਇੰਡੀਆ ਦਾ ਨੰਬਰ ਵੀ ਨੋਟ ਕਰ ਸਕਦੇ ਆ, 9814147360 ਇਸ ਨੰਬਰ 'ਤੇ ਤੁਸੀਂ ਅਵੇਲੇਬਲ ਹੋਣਗੇ 23 ਅਗਸਤ ਤੋਂ ਲੈ ਕੇ 20 ਸਪਟੈਂਬਰ ਤੱਕ ਇਹਦੇ ਵਾਸਤੇ ਜਾ ਰਿਹਾ ਜੀ। ਉਹ 2 ਦਿਨ ਦਾ ਸਾਡਾ ਪਲੈਨ ਹੈਗਾ ਮੀਟਿੰਗ ਕਰਨ ਦਾ ਜੀ, ਕਲਾਇੰਟਸ ਨੂੰ ਮਿਲਣ ਦਾ, ਜਿਹੜੇ ਐਲੀਜੀਬਲ ਕਲਾਇੰਟ ਆ। ਅਸੀਂ ਜਨਰਲ ਕਾਲ ਨਹੀਂ ਦੇਣੀ ਜੀ, ਅਸੀਂ ਸਿਰਫ ਉਹਨਾਂ ਨੂੰ ਕਹਿਣ ਆਉਣ ਵਾਸਤੇ ਕਹਿਣਾ ਵਾ, ਜਿਹੜੇ ਆਲਰੇਡੀ ਅਸੀਂ ਮੈਂਸ਼ਨ ਕਰਾਂਗੇ ਆਪਣੀ ਐਡ ਦੇ ਵਿੱਚ ਵੀ, ਪਲੈਨ ਦੇ ਵਿੱਚ ਵੀ, ਕਿ ਜਿਹੜੇ ਇੱਦਾਂ ਇੱਦਾਂ ਐਲੀਜੀਬਲ ਆ ਉਹੀ ਆਉਣ, ਤਾਂ ਕਿ ਉਹ ਪੂਰੇ ਪਲੈਨ ਨੂੰ ਸਮਝ ਸਕਣ ਅਤੇ ਪੂਰੇ ਸੂਝਬੂਝ ਦੇ ਨਾਲ ਅੱਗੇ ਆਪਣਾ ਉਹਨਾਂ ਨੂੰ ਅਸੀਂ ਲੈ ਕੇ ਜਾ ਸਕੀਏ ਕੈਨੇਡਾ ਇਮੀਗ੍ਰੇਸ਼ਨ। ਅਸੀਂ ਰਿਕੁਐਸਟ ਕਰਾਂਗੇ ਕਿ ਜਿਹਨੇ ਨੇ ਵੀ ਇਸ ਮੀਟਿੰਗ 'ਚ ਸਾਡੇ ਨਾਲ 1-to-1 ਮੀਟਿੰਗ ਕਰਨੀ ਹੈ, ਉਹ ਆਪਣੇ ਨਾਲ CA ਰਿਪੋਰਟ ਜ਼ਰੂਰ ਲੈ ਕੇ ਆਉਣ, ਜਿਹਦੇ 'ਚ ਉਹ ਆਪਣੀ ਟੋਟਲ ਨੈਟਵਰਥ ਸ਼ੋਅ ਕਰਨ, ਤਾਂ ਕਿ ਅਸੀਂ ਉਹਨਾਂ ਨੂੰ ਔਨ ਸਪੋਟ ਹੀ ਅਸੈਸ ਕਰ ਚੁੱਕੀਏ ਕਿ ਕਿਹੜੀ ਕੈਟੇਗਰੀ 'ਚ ਔਰ ਕਿਹੜੇ ਪ੍ਰੋਵਿੰਸ 'ਚ ਉਹ ਕੁਆਲੀਫਾਈ ਕਰ ਸਕਦੇ। ਅੱਛਾ, ਇਸ ਤੋਂ ਇਲਾਵਾ ਜਿਵੇਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ, ਤਾਂ ਕਿ ਬੈਕ ਐਂਡ ਫੋਰਥ ਚੱਕਰ ਨਾ ਮਾਰਨੇ ਪੈਣ। ਇਸ ਤੋਂ ਇਲਾਵਾ ਹੋਰ ਵੀ ਰਿਕੁਆਇਰਮੈਂਟ ਹੋਏਗੀ ਕਿ ਆਹ ਚੀਜ਼ ਉਹ ਆਪਣੇ ਨਾਲ ਲੈ ਕੇ ਆਉਣ? ਉਹ ਆਪਣੀ ਐਜੂਕੇਸ਼ਨ ਦੀ ਰਿਕੁਆਇਰਮੈਂਟ ਜ਼ਰੂਰ ਲੈ ਆਉਣ, ਔਰ CA ਰਿਪੋਰਟ ਜਿਹੜੀ ਇੰਪੋਰਟੈਂਟ, ਹਾਂਜੀ CA, ਕਿਉਂਕਿ ਇਨਵੈਸਟਰ ਦਾ ਨੈਟਵਰਥ ਮੇਨ ਚਾਹੀਦੀ ਹੈ, ਨੈਟਵਰਥ ਮੇਨ ਚਾਹੀਦੀ। ਬਾਕੀ ਨੈਟਵਰਥ ਦਾ ਜੇ ਤੁਹਾਨੂੰ ਪਤਾ ਲੱਗੇਗਾ, ਉਹਦੇ 'ਚ ਲਿਕੁਇਡ ਐਸੈਟ ਵੀ ਆ ਜਾਣੇ ਆ, ਫਿਕਸ ਐਸੈਟ ਵੀ ਆ ਜਾਣੇ ਆ, ਉਹ ਜਦੋਂ ਅਸੀਂ ਦੇਖ ਲਵਾਂਗੇ ਸਾਨੂੰ ਗਿਆਨ ਹੋ ਜਾਏਗਾ ਕਿ ਵਾਕਿਆ ਅਸੀਂ ਇਹਨੂੰ ਅਸੀਂ ਕਿੱਥੇ ਫਿੱਟ ਕਰ ਸਕਦੇ ਹਾਂ, ਬਾਕੀ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਫਰਦਰ ਅਸੈਸ ਕਰ ਲਾਂਗੇ, ਬਾਕੀ ਜਿਹੜੇ ਕਿੱਥੇ ਉਹ ਰਿਕੁਆਇਰਮੈਂਟਸ ਕਿਹੜੀਆਂ ਫੁਲਫਿਲ ਕਰਦੇ ਹੈ। ਬਾਕੀ ਜਿਹੜੇ ਵੀ ਉਹਨਾਂ ਦੇ ਕੁਐਸਚਨ ਹੋਣਗੇ ਅਸੀਂ ਕੋਸ਼ਿਸ਼ ਕਰਾਂਗੇ ਹਰ ਇੱਕ ਚੀਜ਼ ਨੂੰ ਉਹਨਾਂ ਨੂੰ ਅਸੀਂ ਸਮਝਾ ਸਕੀਏ, ਦੱਸ ਸਕੀਏ ਐਲੈਬੋਰੇਟ ਵੇ ਦੇ ਵਿੱਚ। ਵਿਰਕ ਸਾਹਿਬ, ਲਗਭਗ ਸਮਾਂ ਸਮਾਪਤ ਹੈ, ਅਖੀਰ 'ਚ ਦਰਸ਼ਕਾਂ ਨੂੰ ਕੀ ਕਹੋਗੇ? ਮੈਂ ਇਹੀ ਕਹਾਂਗਾ ਜੀ, ਕੈਨੇਡਾ ਇੱਕ ਬਹੁਤ ਵਧੀਆ ਮੁਲਕ ਆ, ਔਰ ਅਸੀਂ ਬੜੇ ਕਿਸਮਤ ਵਾਲੇ ਹਾਂ ਜਿਹੜੇ ਇਹ ਓਪਰਚੁਨਿਟੀ ਲੈ ਕੇ ਬੈਠੇ ਹੋਏ ਹਾਂ, ਔਰ ਸਾਡੀ ਦਿਲੀ ਤਮੰਨਾ ਵਾ ਕਿ ਹੋਰ ਵੀ ਲੋਕ ਸਾਡੇ ਵਰਗੇ ਇੱਥੇ ਆਉਣ ਅਤੇ ਆਪਣਾ ਜੀਵਨ, ਆਪਣਾ ਪਰਿਵਾਰ ਖੁਸ਼ਹਾਲ ਬਣਾ ਕੇ ਇੱਥੇ ਸੈਟਲ ਹੋ ਸਕਣ, ਇਹ ਵਿਸ਼ ਆ ਸਾਡੀ ਸਾਰਿਆਂ ਵਾਸਤੇ। ਅਵਿਨਾਸ਼ ਜੀ, ਤੁਸੀਂ ਕੀ ਕਹੋਗੇ? ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਰੂਬਰੂ ਹੋ ਕੇ ਤੁਹਾਡੀ ਪੂਰੀ ਐਪਲੀਕੇਸ਼ਨ 'ਚ ਤੁਹਾਡੀਆਂ ਨੀਡਸ ਔਰ ਤੁਹਾਡੀਆਂ ਰਿਕੁਆਇਰਮੈਂਟਸ ਚੈੱਕ ਕਰਕੇ ਤੁਹਾਡੀ ਫਾਈਲ ਨੂੰ ਪ੍ਰੋਸੈਸ ਕਰਨਗੇ, ਅਤੇ ਤੁਹਾਡਾ ਜਿਹੜਾ ਡ੍ਰੀਮ ਹੈ, ਤੁਹਾਡਾ ਜਿਹੜਾ ਸੁਪਨਾ ਹੈ ਕੈਨੇਡਾ ਆਉਣ ਦਾ, ਉਸ ਨੂੰ ਪੂਰਾ ਕਰਨ 'ਚ ਪੂਰੀ ਪੂਰੀ ਮਦਦ ਕਰਾਂਗੇ। ਅਵਿਨਾਸ਼ ਜੀ ਅਤੇ ਵਿਰਕ ਸਾਹਿਬ, ਤੁਹਾਡਾ ਤਹਿ ਦਿਲੋਂ ਧੰਨਵਾਦ। ਜਦੋਂ ਪੰਜਾਬ ਫੇਰੀ ਤੋਂ ਵਾਪਸ ਆਏ, ਉੱਥੇ ਕਿਸ ਤਰ੍ਹਾਂ ਦੀਆਂ ਮੀਟਿੰਗਸ ਹੋਈਆਂ ਆਪਾਂ ਫਿਰ ਦਰਸ਼ਕਾਂ ਨਾਲ ਸਾਂਝੀਆਂ ਕਰਾਂਗੇ ਜੀ। ਬੈਸਟ ਵਿਸ਼ ਸ਼ੁਭ ਇੱਛਾਵਾਂ, ਸਤਿ ਸ਼੍ਰੀ ਅਕਾਲ। ਥੈਂਕ ਯੂ। ਦੋਸਤੋ, ਇਹ ਸਨ ਅਕਰੋਸ ਬਾਰਡਰ ਵੀਜ਼ਾ ਤੋਂ ਅਵਿਨਾਸ਼ ਕੌਰ ਅਤੇ ਪੁਸ਼ਪਿੰਦਰ ਸਿੰਘ ਵਿਰਕ, ਜਿਨ੍ਹਾਂ ਨੇ ਡਿਟੇਲਡ ਜਾਣਕਾਰੀ ਦਿੱਤੀ ਹੈ ਕਿ ਇਨਵੈਸਟਰ ਕਲਾਸ ਦੇ ਵਿੱਚ ਕਿਹੜੇ ਪ੍ਰੋਵਿੰਸ ਦੇ ਵਿੱਚ ਕਿੰਨੇ ਡਾਲਰ ਖਰਚ ਕੇ ਤੁਸੀਂ ਕਿਵੇਂ ਆ ਸਕਦੇ ਹੋ, ਤੁਹਾਡੀ ਯੋਗਤਾ ਕੀ ਹੋਣੀ ਚਾਹੀਦੀ ਹੈ। ਉਮੀਦ ਨਹੀਂ, ਯਕੀਨ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਤੁਹਾਡੀ ਕੋਈ ਰਾਏ ਹੋਵੇ ਸਾਡੇ ਤੱਕ ਲਿਖਤੀ ਰੂਪ ਵਿੱਚ ਭੇਜੀ ਜਾ ਸਕਦੀ ਹੈ। ਹੁਣ ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਕੱਲ੍ਹ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਹਾਜ਼ਰ ਹੋਵਾਂਗਾ। ਉਦੋਂ ਤੱਕ ਵੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ।